Thank you.
श्री गुरु ग्रंथ साहिब जीओ महाराज। प्रथम गुरु को नमस्कार। मेरा मुझ में किस नाही जो किस है सो तेरा, तेरा तुझको सौंपते क्या लागे मेरा। Good day.
है सो तेरा तेरा तुझको सौंपते क्या लग गया मेरा परम सत्कार जो साहिब कुमार जुग जुग टल साहिब कुमार श्री गुरु ग्रंथ साहिब महाराज जी की निघी गोद के विच बैठी सारियां संगतां दे चरणां दे विच सनमर बेनती है भाई सत्संग दीआं घड़ियां भागां वाले सत संगत कैसी जानी है जित एको नाम कुर्म को सत संग संगत किसी विशेष भीड़ को नहीं कहा जाता गली दे विच खड़ी भीड़ वो संगत नहीं होती आपस दे विच चल रही पार्टी विच संगत नहीं होती संगत ते पसंगत दे विच बहुत फर्क है अज साडे चेहरियां ते चिंता क्यों है मेरे सतगुर तक खमारी चाड़ की गल करते गए खमारी नान कुमारी नानका चढ़ी गई सत्संग की निशानी गुरमुख एक होती है सुन हो जाती है संगत चिड़ी नहीं चुकेगी नहीं कहना पवेगा चुप का दान बख्शो सतगुरां च है कृपा कोई ला ले जोर जद असीं उहदी हजूरी दे विच आ के बैठ जाइए ਸੰਗਤ ਦੇ ਵਿੱਚ ਅਸੀਂ ਕੁਸੰਗਤ ਜ਼ਿਆਦਾ ਕਰਨ ਲੱਗ ਪਏ ਅਸੀਂ ਆਪਣੇ ਬੱਚਿਆਂ ਵੱਲ ਧਿਆਨ ਨਹੀਂ ਦਿੰਦੇ ਆਓ ਫਿਰ ਇਤਿਹਾਸ ਬਣ ਜਾਵੇ ਗੁਰਮੁਖ ਸਤਿਗੁਰ ਦੇ ਚਰਨਾਂ ਦੇ ਵਿੱਚ ਜੁੜਨ ਦੀ ਲੜੀ ਜੋੜੀ ਹੈ संग तो माफी चाहिया कि लेट आने का कारण लेट आने का कारण यह नहीं कि सुनो अभी वेट करवानी सी नहीं अच्छी आप छोटे संगतों की धूड़ चटन आए हैं मेरा सतगुरु बलिए किसे टाइम मन्ने बैठे सी अज सतगुरु ने बड़ियाई बरसी है साडा तुरन का कारण गुरमुख किसी गलत पासे ना ला लियो कि संत ने जे अन्ने रहिंदे तां मंजे दे उपर अपने मुंह तो मक्खी नहीं सी उठनी ਵੱਡੇ ਵੱਡੇ ਡਾਕਟਰਾਂ ਨੇ ਪੀਜੀਆਈ ਦੇ ਵਿੱਚ ਚੇਨਈ ਤੱਕ ਸਾਨੂੰ ਡਾਕਟਰ ਨੇ ਜਵਾਬ ਦੇ ਦਿੱਤਾ ਸੀ ਸਭ ਤੋਂ ਵੱਡਾ ਡਾਕਟਰ ਸਾਹਿਬ ਕਮਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਇੱਥੇ ਹਜ਼ੂਰੀ ਦੇ ਵਿੱਚ ਆਏ ਤਾਂ ਸਤਿਗੁਰਾਂ ਦੀ ਅਪਾਰ ਕਿਰਪਾ ਹੋਈ ਤਾਂ ਸਾਡਾ ਮਕਸਦ ਹੀ ਕਿ ਧਰਮ ਪ੍ਰਚਾਰ ਪੈਦਲ ਚੱਲ ਕੇ ਕਰਦਾ साधु का मतलब एक होता है कि रब का नाम ध्याया जाए सूर सराधन शुद्ध सुधायक संत समूह अनेक मत के पता नहीं साधु संत कि मत दे आ जाए किसी ने माला के नाल मन जोड़िया गुरमुख कई कह देते हैं साडे प्यारे के माला मन मत्ते ਗੁਰਮੁਖਤ ਨਹੀਂ
ਮਾਲਾ ਨੂੰ ਚੁੱਕਿਓ ਉਸ ਟਾਈਮ ਤੇ ਲਿਓ ਜਦੋਂ ਤੁਹਾਡੇ ਘਰ ਰਿਸ਼ਤੇਦਾਰ ਆਏ ਹੋਣ। ਭਗਤੀ ਦਾ ਗੁਰਮੁਖ ਜੁੜਨ ਨਾਲ ਹੀ ਹੋਵੇਗੀ ਨਾ। ਸਤਿਗੁਰਾਂ ਦੀ ਸਰਦ ਦੇ ਵਿੱਚ ਆ ਕੇ ਅਨੰਤ ਕਾਰਜ ਹੁੰਦੇ ਨੇ, ਜੋੜੀਆਂ ਬਣਦੀਆਂ ਨੇ, ਕਦੇ ਤਲਾਕ ਆਉਂਦੇ ਵੇਖੇ? ਇੱਕ ਰੁੱਖ ਦੇ ਥੱਲੇ ਬੈਠ ਜਾਵੇ ਸੰਗਤ, ਮੇਰੇ ਸਤਿਗੁਰਾਂ ਦਾ ਟੀਚਾ ਇਹ ਸੀ। ਸੰਗਤਾਂ ਦੇ ਦਿਨਾਂ ਦੇ ਵਿੱਚ ਦੁਬਾਰਾ ਖੜੀਆਂ ਕਰਨੀਆਂ, ਇਹ ਸਾਡੀ ਸੰਗਤ ਦਾ ਨਤੀਜਾ ਹੈ। ਰਿਸ਼ਤੇਦਾਰ ਆਏ ਹੁਣ ਪੰਜ ਚਾਰ, ਆਪਣੇ ਪਰਿਵਾਰ ਦੇ ਤੋਂ ਚਾਹ ਪਿਆ ਪਾਣੀ ਮੰਗਿਓ, ਹੱਥਾਂ ਦੇ ਵਿੱਚ ਗਲਾਸ ਹੋਣ, ਹੱਥ ਦੇ ਵਿੱਚ ਮਾਲਾ ਹੋਵੇ, ਤੁਸੀਂ ਰੱਬ ਦਾ ਨਾਂ ਨਾ ਲਿਓ, ਕਰਿਓ ਗੱਲਾਂ, ਚਾਹ ਦੇ ਚੁਸਕੀਆਂ ਪੀਓ, ਚਾਹ ਪੀਓ, ਪਰ ਹੱਥ ਦੇ ਵਿੱਚ ਮਾਲਾ ਦਾ ਇੱਕ ਕੰਮ ਜ਼ਰੂਰ ਕਰਨਾ, ਮਾਲਾ ਫੇਰਨੀ ਹੈ। ਵੈਸੇ ਪੰਜਾਬੀਆਂ ਦੇ ਹੱਥ ਨਹੀਂ ਟਿਕਦੇ, ਪਰ ਮੁਖੋਂ ਮਾਲਾ ਦਾ ਪੀਠਣ ਲੱਗ ਜਾਵੇ ਤੁਸੀਂ ਰੁਕ ਜਾਏਗਾ। ਜਿੰਨਾ ਵੀ ਸਮਾਂ ਡਿਸਟੈਂਸ ਤੁਹਾਡਾ ਰਿਸ਼ਤੇਦਾਰਾਂ ਦੇ ਵਿੱਚ ਮਿਲਣ ਚ, ਗੱਲਾਂ ਕਰਨ ਦੇ ਵਿੱਚ ਮਿਲੇਗਾ, ਆਟੋਮੈਟਿਕਲੀ ਮੇਰੇ ਸਤਿਗੁਰ ਦਾ ਨਾਮ ਤੁਹਾਡੀ ਜੀਭਾ ਤੇ ਹੋਵੇਗਾ। ਕੋਈ ਸਤਨਾਮ ਸ੍ਰੀ ਵਾਹਿਗੁਰੂ। ਮਾਲਾ ਤੁਹਾਡੇ ਅੰਦਰ ਹਿਰਦੇ ਦੇ ਵਿੱਚ ਰੱਬ ਦਾ ਨਾਮ ਜੋੜ ਦੇਵੇਗੀ ਮਣ ਕੇ ਦੀ ਕਲਾ। ਮੇਰੇ ਗੁਰੂ ਪਾਤਸ਼ਾਹ ਨੇ ਪੰਜ ਕਰਾਈਤਾਂ ਦਾ ਤਿਆਗ ਕਰਨ ਦੇ ਲਈ ਮਨੁੱਖ ਨੂੰ ਸੰਗਤ ਕਰਦੇ ਫਾਇਦੇ ਕੀ, ਸਰੀਰ ਦੇ ਵਿੱਚੋਂ ਪੰਜੇ ਕਰਾਈਤਾਂ ਦਾ ਤਿਆਗ, ਪਰ ਅਫਸੋਸ ਹੈ ਸੰਗਤ ਜੀ, ਅਸੀਂ ਦੱਸਦੇ ਆ ਕੇ ਅਰਦਾਸਾਂ ਬੇਨਤੀਆਂ ਕਰਦੇ ਹਾਂ ਆਪਣੇ ਧੀਆਂ ਪੁੱਤਰਾਂ ਦੇ ਲਈ। ਧੀ ਪੁੱਤਰ ਸਭ ਨੂੰ ਪਿਆਰੇ ਨੇ, ਇਹਦੇ ਵਿੱਚ ਵੀ ਦੋ ਰਾਏ ਨੇ ਕਿ ਸਤਿਗੁਰਾਂ ਦਾ ਦਾਤ ਹੈ। ਗੁਰੂ ਦੇ ਦਰ ਤੇ ਆ ਕੇ ਰੂਹਾਨੀਅਤ ਦਾ ਮੰਡਲੇ, ਜੇ ਅਸੀਂ ਗੁਰੂ ਦੇ ਦਰ ਤੇ ਆਈਏ, ਆਪਣੀ ਰੂਹ ਦੀ ਨੀਅਤ ਨੂੰ ਸਾਫ਼ ਕਰਨਾ ਰੂਹਾਨੀਅਤ ਕਿਹਾ ਜਾਂਦਾ ਹੈ। ਰੂਹ ਦੀ ਨੀਅਤ, ਉਹ ਨੀਅਤ ਜਿਹੜੇ ਮਨੁੱਖ ਦੀ ਹੋ ਜਾਂਦੀ ਹੈ, ਬੰਦਾ ਉਹੀ ਹੁੰਦਾ ਗੁਰਮੁਖੋ, ਉਹਨੂੰ ਦੇਵਤਿਆਂ ਵਰਗਾ ਵੀ ਕਿਹਾ ਜਾਂਦਾ, ਸਾਧ ਮਤ ਦਾ ਬੰਦਾ ਵੀ ਕਿਹਾ ਜਾਂਦਾ ਹੈ। ਬੰਦਾ ਉਹੀ ਹੈ, ਉਹਦੇ ਲਵੇ ਆਪਣੇ ਬੱਚਿਆਂ ਨੂੰ ਵੀ ਨਹੀਂ ਖੜ ਦਿੰਦੇ, ਉਹਦੇ ਵਿੱਚ ਭੈੜੀਆਂ ਆਦਤਾਂ ਬਣ ਜਾਂਦੀਆਂ। ਸਤਿਗੁਰਾਂ ਦੀ ਸਰਨ ਦੇ ਵਿੱਚ ਭੈੜੀਆਂ ਆਦਤਾਂ ਵਾਲਿਆਂ ਨੂੰ ਲੈ ਕੇ ਆਇਆ ਕਰੋ, ਕਿਉਂਕਿ ਬਾਬੇ ਨਾਨਕ ਦਾ ਸੁਧਾਰ ਤੇ ਬਾਬਾ ਨਾਨਕ ਮਿਲਦੇ ਹੀ ਠੱਗਾਂ ਨੂੰ ਹੁੰਦਾ ਸੀ। ਚੰਗੇ ਬੰਦੇ ਨੂੰ ਕਹਿੰਦਾ ਚਲ ਚੜ, ਮਾੜੇ ਬੰਦੇ ਦੇ ਪਛਤਾ। ਜੇ ਸੱਜਣ ਠੱਗ ਕੋਲ ਨਾ ਜਾਂਦੇ, ਸੱਜਣ ਠੱਗ ਸੰਤ ਨਹੀਂ ਸੀ ਬਣਦਾ। ਕੌਡਾ ਰਾਕਸ ਸਰਿਆਮ ਜੰਗਲ ਦੇ ਵਿੱਚ, ਜਿਸ ਬੱਚਾ ਕੋਈ ਸਰੀਰ ਹੱਥ ਲੱਗ ਜਾਂਦਾ, ਜਿਉਂਦੇ ਨੂੰ ਤਲ ਕੇ ਖਾ ਜਾਂਦਾ ਸੀ। ਸਤਿਗੁਰਾਂ ਨੇ ਉਹਨੂੰ ਸੰਗਤ ਦਿੱਤੀ, ਸੰਗਤ ਹੋਣ ਨਾਲ ਕੌਂਦੇ ਰਾਕਸ ਵਰਗਾ ਵੀ ਬਾਅਦ ਦੇ ਵਿੱਚ ਸ਼ਾਂਤ ਨਹੀਂ ਬਣਿਆ। ਬਾਅਦ ਦੇ ਵਿੱਚ ਸੰਗਤਾਂ ਦੀ ਸੇਵਾ ਕਰਦਾ ਰਿਹਾ ਕੌਂਡਾ ਰਾਕਸ, ਕੌਂਡਾ ਰਾਕਸ ਤੋਂ ਕੌਂਡਾ ਪਿਆਰਾ ਬਣਿਆ ਸੀ। ਗੁਰਮੁਖੋ, ਰੱਬ ਦੇ ਪਿਆਰਿਆਂ ਦੇ ਗੁਰੂ ਘਰ ਦੇ ਵਿੱਚ ਆ ਕੇ ਅਰਦਾਸ ਬੇਨਤੀ ਕਰਿਆ ਕਰੀਏ, ਇੱਥੇ ਆ ਕੇ ਗਵਾਂਢੀਆਂ ਦੇ ਧੀਆਂ ਪੁੱਤਰਾਂ ਲਈ ਵੀ ਅਰਦਾਸਾਂ ਬੇਨਤੀਆਂ ਕਰਿਆ ਕਰੀਏ, ਕਿਉਂਕਿ ਅਸੀਂ ਸਰਬੱਤ ਦਾ ਭਲਾ ਮੰਗਣ ਵਾਲੀ ਕੌਮ ਅੱਜ ਆਪੋ ਆਪਣੀ ਬਣੀ ਪਈਏ। ਅਸੀਂ ਓਨੇ ਦੁਖੀ ਗੁਰਮੁਖੋ ਆਪਣੇ ਦੁੱਖਾਂ ਤੋਂ ਨਹੀਂ, ਜਿੰਨੇ ਅਸੀਂ ਗਵਾਂਢੀਆਂ ਦੇ ਸੁੱਖਾਂ ਤੋਂ ਦੁਖੀ ਹੋਏ ਬੈਠੇ ਹਾਂ।
Simran mein tu, deva de simran mein tu, deva de simran mein tu, deva de simran mein tu.
ਕੇ ਅਸੀਂ ਆਜ਼ਾਦ ਹਾਂ। ਗੁਰੂ ਕਾਲ ਗੁਰੂ ਦਾ ਸਮਾਂ ਬਹੁਤ ਭਿਆਨਕ ਸੀ ਭੈਣੋ, ਜਦੋਂ ਧਰਤੀ ਨੇ ਪਕਾਰ ਕਰੀ ਤਾਂ ਸਾਧੂ ਲੋਕਾਂ ਦਾ ਅਵਤਾਰ ਹੋਇਆ। ਔਰਤ ਨੂੰ ਸਦਾ ਹੀ ਪੈਰ ਦੀ ਜੁੱਤੀ ਸਮਝਿਆ ਜਾਂਦਾ ਸੀ। ਤੁਸੀਂ ਅੱਖਾਂ ਮੂਹਰੇ ਲੈ ਕੇ ਆਓ, ਜਦੋਂ ਕੋਈ ਘਰ ਵਾਲਾ ਕੋਈ ਭੈਣ ਵਿਧਵਾ ਹੋ ਜਾਂਦੀ, ਘਰ ਦੇ ਵਿੱਚ ਦੁੱਖ ਦੀ ਘੜੀ ਆਈ, ਉਹ ਭੈਣ ਦਾ ਸਿਰ ਦਾ ਸਾਈ ਚਲਿਆ ਗਿਆ। ਸਾਡੇ ਸਮਾਜ ਦੀ ਰੀਤ ਕੀ ਸੀ ਪਤਾ? ਉਹ ਭੈਣ ਨੂੰ ਜਿਉਂਦਾ ਉਹਦੀ ਅਰਥੀ ਦੇ ਉੱਪਰ ਬੰਨ ਦਿੱਤਾ ਜਾਂਦਾ ਸੀ। ਜਿਉਂਦਿਆਂ ਸੱਦੀ ਪੰਥਾ ਜਿਹਨੂੰ ਕਿਹਾ ਜਾਂਦਾ, ਸੱਦੀ ਪੰਥਾ ਸਤਿਗੁਰ ਨਾਨਕ ਪਾਤਸ਼ਾਹ ਸਤਿਗੁਰ ਰਵਿਦਾਸ ਮਹਾਰਾਜ ਜੀ ਨੇ ਪਿਰਤ ਨੂੰ ਰੋਕਿਆ ਦਾ ਵਿਰੋਧ ਕੀਤਾ, ਔਰਤ ਨੂੰ ਬਰਾਬਰ ਦਾ ਦਰਜਾ ਦਿੱਤਾ। ਗੁਰਮੁਖੋ ਨਾ ਕੋਈ ਔਰਤ ਨਾ ਕੋਈ ਮਨੁੱਖ ਵਿਸ਼ੇਸ਼ ਜੋ ਗੁਰੂ ਨੂੰ ਸਮਰਪਿਤ ਹੋ ਜਾਵੇ ਉਹਦੇ ਲਈ ਸਭ ਏਕ, ਇੱਕ ਨੂਰ ਤੇ ਸਭ ਦਾ ਦੁੱਖ ਜਿਹਾ ਕੌਣ ਭਲੇ ਪਰ ਇਹ ਸੰਸਾਰ ਦੀ ਪਿੜ ਤੇ ਜਦ ਹਮ ਏਕੋ ਏਕ ਕਰ ਜਾਂਦੇ ਹਾਂ ਤਬ ਲੋਕੋ ਕਾਹੇ ਦੁੱਖ ਮਾਰ। ਸੋ ਆਓ ਰੱਬ ਦੇ ਜੁੜਨ ਦੇ ਨਾਲ ਜੋਤੀਆਂ ਜਾਣਿਆ ਕਰੀਏ। ਸਾਡਾ ਤੁਰਨ ਦਾ ਕਾਰਨ ਗੁਰਮੁਖੋਂ ਵਿਸ਼ੇਸ਼ ਨਾ ਲੈ ਲੈਣਾ ਵੀ ਤਾਂ ਤੁਰ ਕੇ ਆਉਂਦੇ ਨੇ ਸੰਤ ਬਣ ਕੇ ਨੇ। ਇੱਕ ਤਾਂ ਸਰੀਰ ਦੀ ਫਿਟਨੈਸ ਰਹਿੰਦੀ ਹੈ, ਦੂਜਾ ਜਦੋਂ ਪੈਰ ਚਾਲ ਦੇ ਨਾਲ ਰੱਬ ਦਾ ਨਾਮ ਜਪਿਆ ਜਾ ਸਕਦਾ। ਇੱਕ ਅੱਖਰ ਮਨ ਬਸਤ ਇੱਕ ਹੀ ਬਸ ਜਾਵੇ ਦੁਨੀਆ ਤਰ ਜਾਂਦੀ, ਸੰਗਤ ਤਰ ਜਾਂਦੀ। ਆਓ ਇਸ ਤਰ੍ਹਾਂ ਪੰਡਾਲ ਸਜਿਆ। ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ, ਮਾਤਾ ਗੰਗਾ ਜੀ ਬੈਠੇ ਨੇ ਦੀਵਾਨ ਚ ਜਾ ਰਹੇ ਨੇ, ਸਤਿਗੁਰ ਅੱਗੇ ਮਾਤਾ ਗੰਗਾ ਜੀ ਬੈਠੇ, ਅਚਾਨਕ ਸਤਿਗੁਰੂ ਸਟੇਜ ਤੋਂ ਉੱਠ ਕੇ ਖਲੋ ਗਏ। ਮਾਤਾ ਗੰਗਾ ਅੱਗੇ ਬੇਨਤੀ ਕਰੀ, ਮਾਤਾ ਚਲੋ ਪ੍ਰਸਾਦੇ ਲਿਓ, ਇੱਕ ਟੋਕਰੀ ਪ੍ਰਸਾਦਾਂ ਦੇ ਲਈ ਦਾਲ ਦੀ ਲਈ ਨਾਲ ਜਾ ਲਿਆ। ਸੰਗਤ ਨੂੰ ਉੱਥੇ ਬੈਠਿਆ ਚੁੱਪ ਚਾਪ ਕਹਿੰਦੇ ਭਾਈ ਸਿਮਰਨ ਕਰੋ। ਗੁਰਮੁਖੋਂ ਅੱਗੇ ਲੋਕਾਂ ਦੇ ਘਰ ਕੱਚੇ ਸਨ, ਸੰਗਤਾਂ ਪੱਕੀਆਂ ਸਨ। ਗੁਰੂ ਦੇ ਦਰ ਤੇ ਕੋਈ ਵੀ ਸੰਗਤ ਆ ਜਾਂਦੀ ਤਾਂ ਖਾਲੀ ਨਹੀਂ ਸੀ ਜਾਂਦੀ। ਗੁਰੂ ਦਾ ਦਰ, ਗੁਰੂ ਕੀ ਗੋਲਕ, ਗਰੀਬ ਦਾ ਮੂੰਹ ਕਿਉਂ ਬਣਾਇਆ ਕਿ ਉਹਨਾਂ ਦੀ ਸੰਗਤ ਕੋਈ ਭੁੱਖੀ ਨਾ ਸੌਂਵੇ, ਕੋਈ ਬਤਾਲੀ ਨਾ ਰਹੇ, ਕੋਈ ਪੜ੍ਹਾਈ ਤੋਂ ਆਂਝਾ ਨਾ ਰਹੇ। ਜਿੱਥੋਂ ਤੱਕ ਮਦਦ ਹੁੰਦੀ ਗਰੀਬ ਦੀ ਭੈਣ ਤੇ ਕੋਈ ਬੱਚਾ ਜਨੇਪਾ ਤਾਂ ਘਿਓ ਗੁਰੂ ਘਰਾਂ ਦੇ ਵਿੱਚੋਂ ਦਿੱਤਾ ਜਾਂਦਾ। ਅੱਜ ਤਾਂ ਗੱਲਾਂ ਹੀ ਕੁਝ ਹੋਰ ਹੋ ਗਈਆਂ। ਸੰਗਤਾਂ ਬੈਠੀਆਂ ਸਿਮਰਨ ਕਰ ਰਹੀਆਂ ਨੇ, ਉਧਰੋਂ ਲਾਹੌਰ ਤੋਂ ਚੱਲੀ ਸੰਗਤ, ਗੱਡਿਆਂ ਦੇ ਉੱਪਰ ਹੌਲੀ ਹੌਲੀ ਚੱਲਦੀ ਹੋਈ ਅੱਗੇ ਤੁਰ ਕੇ ਲੋਕ ਆਉਂਦੇ। ਗੁਰੂ ਅਰਜਨ ਦੇਵ ਮਹਾਰਾਜ ਜੀ ਹਜੇ ਨਵੇਂ ਨਵੇਂ ਵਿਰਾਜਮਾਨ ਹੋਏ ਸਨ ਗੁਰਗੱਦੀ ਤੇ, ਨਹੀਂ ਜਾਣਦਾ ਸੀ ਕੋਈ। ਉਹ ਆ ਕੇ
ਕਈ ਸਾਰੀਆਂ ਸੰਗਤਾਂ ਆ ਕੇ ਪਿਆਰ ਦੇ ਨਾਲ ਬੈਠ ਕੇ ਸੇਵਾ ਕਰ ਰਹੀਆਂ। ਕਹਿੰਦੇ ਚਲ ਭਾਈ ਆਪਾਂ ਦਰਬਾਰ ਸਾਹਿਬ ਦੇ ਲਾਗੇ ਆ ਗਏ ਹਾਂ, ਚਲੋ ਹੁਣ ਇੱਥੇ ਰਾਤ ਬਤੀਤ ਕਰਦੇ ਹਾਂ, ਭੁੱਖ ਲੱਗੀ ਆ, ਜਲ ਪਾਣ ਕਰਾਂਗੇ, ਆਪਣੇ ਪ੍ਰਸ਼ਾਦੇ ਤਿਆਰ ਕਰੋ। ਤੇ ਉੱਥੇ ਹੀ ਤੰਬੂ ਲਾ ਦੇ ਸੰਗਤਾਂ। ਉਹ ਸੰਗਤ ਜਿਹੜੀ ਸੱਤ ਸੰਗਤ ਦੇ ਵਿੱਚ ਬੈਠੀ ਗੁਰਮੁਖੋ ਸਤਿਗੁਰਾਂ ਦਾ ਵਚਨ ਮੰਨ ਕੇ ਉੱਥੇ ਹੀ ਲਿਵ ਲਾ ਕੇ ਇੱਕ ਓਂਕਾਰ ਦਾ ਜਾਪ ਕਰਦੀ ਰਹੀ। ਅਸੀਂ ਅੱਜ ਤੱਕ ਮੂਲ ਮੰਤਰ ਦਾ ਗੁਰਮੁਖੋ ਮਾਫ ਕਰਨਾ, ਅਸੀਂ ਆਪਣਾ ਫਰਜ਼ ਤੋੜ ਕੇ ਉੱਪਰ ਨੂੰ ਖੜੀ ਕਰ ਦਿੱਤੀ। ਇੱਕ ਓਂਕਾਰ ਉਹ ਇੱਕ ਹੈ, ਸਤ ਨਾਮ ਉਹ ਸੱਚਾ ਹੈ, ਕਰਤਾ ਪੁਰਖ ਉਹ ਕਰਨ ਹਾਰਾ ਹੈ। ਜੀਵਨ ਕਿਹਦਾ ਬਦਲਣਾ ਹੈ? ਸੰਗਤ। ਹੁਣ ਇੱਕ ਓਂਕਾਰ ਊੜਾ ਪੈਦਾ ਕਿੱਥੋਂ ਹੋਇਆ? ਬੰਦੇ ਦੇ ਮੁੱਖ ਤੋਂ। ਊੜੇ ਦਾ ਨਕਸ਼ਾ ਹੈ ਮੂੰਹ, ਬੰਦੇ ਦਾ ਮਨੁੱਖ ਦਾ ਸਰੀਰ। ਕਦੇ ਜ਼ਿਆਦਾ ਸਮਾਂ ਲੱਗਿਆ ਮੁੱਖ ਤੋਂ ਲੈ ਕੇ ਪੈਰਾਂ ਤੱਕ ਲਾੜੇ ਹੁੰਦੀਆਂ ਇੱਥੋਂ ਪੈਦਾ ਹੋਈ ਸੀ ਬੰਦੇ ਦੇ ਸਰੀਰ ਤੋਂ 35। ਅੱਜ ਵਿਗਿਆਨ ਮੰਨਦੇ ਹਾਂ ਚੰਦਰਮਾ ਤੇ ਜਾ ਚੁੱਕੀ ਹੈ ਗੁਰਮੁਖੋ, ਪਰ 35 ਤੋਂ ਕਿਸੇ ਤੋਂ ਸ਼ਕਤੀ ਨਹੀਂ ਹੋਈ, ਜਿਹੜਾ ਗਿਆਨ ਵਾਲੀ ਗੱਲ ਹੈ। ਹਾਂ, ਉਸ 35 ਦੇ ਆਲੇ ਦੁਆਲੇ PhDਆਂ ਹੋਈਆਂ, ਵੱਡੇ ਵੱਡੇ ਡਾਕਟਰ ਬਣੇ, ਵੇਦ ਲਿਖੇ ਗਏ, ਕਤੇਬ ਲਿਖੇ ਗਏ, ਪਰ 35 ਤੋਂ ਸ਼ਕਤੀ ਕਿਸੇ ਤੋਂ ਨਹੀਂ। ਅੱਜ ਰਹੋ ਵਿਚਾਰ, ਅੱਜ ਸਤਿਗੁਰ ਜੀ ਉੱਠੇ, ਉੱਠ ਕੇ ਪ੍ਰਸ਼ਾਦੇ ਲੈ ਕੇ ਦਾਲ ਪਾਣੀ ਲੈ ਕਰਕੇ ਉਹ ਸੰਗਤਾਂ ਦੇ ਵਿੱਚ ਜਾ ਵਰਾਜੇ। ਮੇਰੇ ਪ੍ਰੀਤਮ ਪਿਆਰੇ ਪ੍ਰਸ਼ਾਦੇ ਵਰਤਾਉਂਦੇ ਫਿਰ, ਮਾਤਾ ਗੰਗਾ ਜੀ ਜਲ ਵਰਤਾਉਂਦੀ ਫਿਰੇ, ਆਨੰਦ ਕਦੇ ਪੱਖੇ ਦੀ ਸੇਵਾ, ਕਦੇ ਜਲ ਦੀ ਸੇਵਾ, ਕਦੇ ਦਾਲ ਪਾਣੀ ਦੀ ਸੇਵਾ, ਸੰਗਤਾਂ ਦੇ ਵਿੱਚ ਪ੍ਰੇਮ। ਸ਼ੀਤਲ ਕਰੇ ਆਪੋ ਸ਼ੀਤਲ ਹੋਏ। ਜੇ ਕਿਸੇ ਨੂੰ ਮੁੱਖ ਦੇ ਵਿੱਚੋਂ ਸ਼ਬਦ ਬੋਲ ਦਵੋ ਤਾਂ ਦੂਜੇ ਨੂੰ ਸ਼ਾਂਤ ਕਰ ਦੇਵੇ, ਠੰਡਾ ਕਰ ਦੇਵੇ। ਗੁਰਮੁਖੋ ਜ਼ਿੰਦਗੀ ਥੋੜੇ ਸਮੇਂ ਦੀ ਹੋਇਆ ਕਰਦੀ, ਪਤਾ ਨੀ ਕਦੋਂ ਕੀ ਭਾਣਾ ਵਾਪਰ ਜਾਣਾ। ਦਿੱਲੀ ਦੇ ਵਿੱਚੋਂ ਹਰ ਰੋਜ਼ ਸਵਾਛਾ ਦੀ ਪੌਂਜੀ ਘਟਦੀ ਜਾਂਦੀ ਹੈ। ਆ ਹੜ ਆਏ, ਜਿਹੜੇ ਲੱਖਾਂ ਪਤੀ ਕੋਠੀਆਂ ਦੇ ਮਾਲਕ ਸੀ, ਪਲ ਦੇ ਵਿੱਚ ਭਖਾਰੀ ਵੱਟ ਕੇ ਰਹੇ। ਆਪਾਂ ਮਹਿਮਾਨ ਜਿੰਦੜੀਏ ਘੜੀ ਤੋਂ ਘੜੀ ਨੇ, ਆਪਾਂ ਮਹਿਮਾਨ ਜਿੰਦੜੀਏ ਆਪਾਂ ਮਹਿਮਾਨ ਜਿਹੜੀਏ।
ਲਿਆ ਭੈਣਾਂ ਦੇ ਚਰਨਾਂ ਚ ਬੇਨਤੀ ਹੈ ਜੇ ਮੈਨੂੰ ਜਿਨ੍ਹਾਂ ਦੇ ਬੱਚੇ ਚੜ੍ਹਦੀ ਉਮਰ ਦੇ ਵਿੱਚ ਪੈਰ ਧਰਦੇ ਕੱਲੀ ਕੱਲੀ ਭੈਣ ਦੇ ਚਾਰ ਚਾਰ ਬੱਚਿਆਂ ਦਾ ਖੂਨ ਏ ਸਿੱਖੀ ਦੀਆਂ ਜੜ੍ਹਾਂ ਦੇ ਵਿੱਚ ਭੈਣਾਂ ਬੈਠ ਜਾਂਦੀਆਂ ਚੌਪਾਈ ਸਾਹਿਬ ਦਾ ਜਾਪ ਹੁੰਦਾ ਕੱਲੀਆਂ ਬਹਿੰਦੀਆਂ ਨਹੀਂ ਆਪਣੇ ਗਲ ਦੇ ਵਿੱਚ ਆਪਣੇ ਪੁੱਤਰ ਦੇ ਟੁੱਟੇ ਟੁੱਟੇ ਕਰਕੇ ਹਾਰ ਪਰੋ ਕੇ ਪਵਾਈ ਜਾਂਦੇ ਫਿਰ ਮੈਂ ਪਰ ਸਿੱਧ ਨਹੀਂ ਟੁੱਟਿਆ ਪਰ ਅੱਜ ਕੀ ਹੋਇਆ ਭੈਣ ਜੀ ਰੱਬ ਨਾ ਕਰੇ ਕਿਸੇ ਦੇ ਪੁੱਤਰ ਨੂੰ ਨਜ਼ਰ ਲੱਗ ਜਾਵੇ ਚਿੱਟੇ ਦਾ ਸ਼ਿਕਾਰੀ ਬਣਦਾ ਤੁਰਿਆ ਜਾਵੇ ਪਿੰਡ ਦੇ ਵਿੱਚ ਕਿਸੇ ਪਰਿਵਾਰ ਨੂੰ ਭੜਕ ਲੱਗੀ ਉਹ ਧਰਦੇ ਘਰ ਸੁਨੇਹਾ ਲੈ ਕੇ ਆਇਆ ਭਾਈ ਪੁੱਤਰ ਵਾਲਾ ਅਸੀਂ ਘਰ ਦੇ ਨਾਲ ਪਰ ਅਸੀਂ ਕੀ ਕਰਦੇ ਹਾਂ ਭੈਣਾਂ ਉਹ ਪਰਿਵਾਰ ਦਾ ਜਲੂਸ ਕੱਢ ਦਿੰਦੇ ਹਾਂ ਗਲੀ ਦੇ ਵਿੱਚ ਚੜ੍ਹ ਕੇ ਕਿ ਸਾਡੇ ਮੁੰਡੇ ਦੇ ਪ੍ਰਤੋਂ ਤੇ ਚੱਕਦਾ ਬਦਨਾਮ ਕਰਦਾ ਸਾਡੇ ਬੱਚੇ ਜਿੰਨਾ ਚਿਰ ਸਾਰਾ ਪਰਿਵਾਰ ਸੀਸੀਟੀਵੀ ਦੇ ਕੈਮਰਿਆਂ ਦੇ ਬਾਅਦ ਆਪਣੇ ਬੱਚਿਆਂ ਦੇ ਉੱਪਰ ਸਾਰੇ ਪਿੰਡ ਦੇ ਬੱਚਿਆਂ ਦੇ ਉੱਪਰ ਨਿਗਾ ਨਹੀਂ ਰੱਖਦਾ ਓਨਾ ਚਿਰ ਪੰਜਾਬ ਦੀ ਜਵਾਨੀ ਬਚਾਉਣੀ ਮੁਸ਼ਕਲ ਹੈ ਜਿੱਥੇ ਵੀ ਕੋਈ ਦੁਖੀ ਮਿਲਦਾ ਉਹਨੂੰ ਫੜੋ ਕਿਉਂਕਿ ਸਮਾਂ ਐਸਾ ਆ ਗਿਆ ਆਪਣੀ ਮਾਂ ਆਪਣੇ ਲਾਡੇ ਨੂੰ ਤੜਕੇ ਚਾਹ ਲੈ ਕੇ ਜਾਂਦੀ ਹੈ ਪੁੱਤਰਾ ਮੇਰਾ ਲਾਡਾ ਮੈਂ ਚਾਹ ਠੰਡੀ ਹੁੰਦੀ ਹੈ ਚਾਹ ਪੀ ਪੁੱਤ ਚਾਹ ਦਾ ਗਲਾਸ ਧਰ ਕੇ ਉੱਤੇ ਕੌਲੀ ਮੁੰਦੀ ਮਾਰ ਕੇ ਬਾਥਰੂਮ ਜਾਵੇ ਵੜਦਾ ਮਾਂ ਝਾੜੂ ਪੋਚਾ ਲਾਉਣ ਲੱਗਦੀ ਹੈ ਪਰ ਥੋੜੇ ਚਿਰ ਬਾਅਦ ਦੇਖਦੀ ਹੈ ਮੇਰੇ ਲਾਲ ਨੇ ਚਾਹ ਨਹੀਂ ਪੀਤੀ ਆਵਾਜ਼ ਦਿੱਤੀ ਲਾਲ ਜੀ ਚਾਹ ਠੰਡੀ ਹੋ ਗਈ ਉੱਪਰ ਮਲਾਈ ਜੰਮ ਕੇ ਹੁਣ ਦੁਬਾਰੇ ਘਰ ਨਹੀਂ ਖਾਵੇ ਪੁੱਤ ਬਹੁਤ ਟਾਈਮ ਲਗਾ ਦਿੱਤਾ ਬਾਥਰੂਮ ਵਿੱਚ ਜਦੋਂ ਕੋਈ ਆਵਾਜ਼ ਨਾ ਆਈ ਗੁਰਮੁਖੋ ਮਾਂ ਨੇ ਜਾ ਕੇ ਬਾਥਰੂਮ ਦਾ ਬੂਹਾ ਖੜਕਾਇਆ ਕੋਈ ਆਵਾਜ਼ ਨਾ ਆਈ ਘਰ ਦੇ ਵਿੱਚ ਸੱਥਰ ਵੱਜ ਗਏ ਕੀ ਪਤਾ ਸੀ ਅੰਦਰ ਚਿੱਟੇ ਦਾ ਟੀਕਾ ਲਾ ਕੇ ਬਰਫ਼ ਰੱਬ ਨੂੰ ਪਿਆਰਾ ਹੋਇਆ ਮਾਂ ਸੋਚਦੀ ਮੈਂ ਕਿਉਂ ਕਰਮਾਂ ਦੀ ਮਾਰੀ ਆਪਣੇ ਪੁੱਤ ਲਈ ਸਵੇਰ ਦੀ ਚਾਹ ਕਰਕੇ ਦਿੱਤੀ ਕਿਉਂ ਖਾ ਲਿਆ ਮੈਂ ਮੇਰਾ ਪੁੱਤ ਆਓ ਬਚਾਈਏ ਭਾਈ ਸਿੱਖੀ ਉਹ ਹੈ ਬਿਨ ਗੁਣ ਕੀਤੇ ਭਗਤ ਨਾ ਹੋਏ ਜਿੰਨਾ ਚਿਰ ਅਸੀਂ ਗੁਣ ਨਹੀਂ ਆਪਣੇ ਵਿੱਚ ਪੈਦਾ ਕਰਦੇ ਉਹਨਾਂ ਚਿਰ ਭਗਤੀ ਨਹੀਂ ਹੋ ਸਕਦੀ ਐਸੀਆਂ ਤੇਜ਼ ਹਵਾਵਾਂ ਚੱਲ ਰਹੀਆਂ ਨੇ ਹਰ ਘਰ ਦੇ ਵਿੱਚ ਦੁੱਖ ਹੈ ਬਿਮਾਰੀ ਹੈ ਆਓ ਭਗਤੀਆਂ ਤੇਜ਼ ਹਵਾਵਾਂ ਦੁੱਖਾਂ ਦੇ ਰੋ ਵੱਟਦੇ ਭਗਤੀਆਂ ਤੇਜ਼ ਹਵਾਵਾਂ ਦੁੱਖਾਂ ਦੇ ਰੋ ਗੁਰਾਂ ਦੇ ਲੜ ਲੱਗੀਏ
ਸਰਦੇ ਵਿੱਚ ਆ ਕੇ ਮੈਂਡੀ ਮੰਗਦਾ ਕਿਸੇ ਨੇ ਆ ਕੇ ਅਰਦਾਸ ਸਰਬੱਤ ਦੇ ਭਲੇ ਦੀ ਕਰੀ ਹੋਵੇ ਕਿਹੇ ਵਾਹਿਗੁਰੂ ਗਵਾਹੀਆਂ ਦਾ ਪਤਾ ਜਿਹੜੇ ਦਾ ਸਰਕਾਰੀ ਹੋ ਗਿਆ ਉਹਨੂੰ ਮਤ ਬਖਸ਼ਿਓ ਉਲਟਾ ਸਾਡੀ ਜਵਾਨ ਦੀ ਰਚਨਾ ਦੇ ਉੱਤੇ ਇਹ ਗੱਲਾਂ ਚੱਲ ਪਈਆਂ ਇਹ ਸਭ ਕੁਝ ਵੇਖ ਕੇ ਘਰ ਬਾਰ ਵੇਖ ਕੇ ਖਾ ਜਾਵੇ ਨਿਗਾਹ ਰੱਖ ਲਈ ਹੁਣ ਘਰ ਲਵਾਂਗੇ ਰੱਬ ਨਾ ਕਰੇ ਉਹਦੇ ਪੁੱਤਰ ਦਾ ਪੁੱਤਰ ਤੁਹਾਡਾ ਦੋਸਤ ਹੋਵੇ ਇਹ ਪਤਾ ਨੀ ਕਦੋਂ ਜਵਾਨਾਂ ਦੀ ਪੌੜੀ ਘਟਦੀ ਜਾਂਦੀ ਹੈ ਅੱਧਾ ਘੰਟਾ ਆਪਦੇ ਅੱਲਾ ਤਾਲਾ ਨੂੰ
ਮਹੀਨੇ ਦਿੰਦਾ ਰਿਹਾ ਕਰੇ ਤੇ ਮੇਰੇ ਮੌਲਾ ਕੀ ਮੈਨੂੰ ਹੋਇਆ ਦੋਸਤ ਮੈਨੂੰ ਕੀ ਭੁੱਲ ਹੋਈ ਮੇਰੇ ਤੇ ਗਰੀਬੀ ਆ ਗਈ ਮੈਂ ਪੈਰਾਂ ਤੋਂ ਚੱਪਲਾਂ ਪਾਉਣ ਤੋਂ ਬੇਕਾਰ ਹੋ ਚੁੱਕਾ ਇਹ ਕੈਸੀ ਮਜਬੂਰੀ ਹੈ ਇਹ ਕੈਸਾ ਖੇਲ ਹੈ ਫਿਰ ਜਾ ਕੇ ਆਪਦਾ ਕਲਮਾ ਪੜਿਆ ਕਰੇ ਪੂਰਾ ਅੰਤਾਂ ਦਾ ਦੁਖੀ ਅੱਖਾਂ ਦੇ ਵਿੱਚੋਂ ਹੰਝੂ ਚੱਲਣ ਅੱਲਾਹ ਤਾਲਾ ਨੂੰ ਹਰ ਵਾਰ ਸਿੱਧਵੇ ਇੱਕ ਦਿਨ ਐਸਾ ਆਇਆ ਕਿਸੇ ਫਕੀਰ ਨੇ ਆਵਾਜ਼ ਦਿੱਤੀ ਭਾਈ ਸਾਹਿਬ ਘਰੋਂ ਇੱਕ ਚਾਹ ਦੀ ਕੱਪੀ ਚਾਹੀਦੀ ਹੈ ਬੜਾ ਕਹਿੰਦਾ ਤੁਰ ਜਾ ਭਾਈ ਫਕੀਰਾ ਤੂੰ ਕੀ ਚਾਹ ਪਾਲਦਾ ਮੈਂ ਤਾਂ ਆਪ ਭੁੱਖਾ ਮਰਦਾ ਪਿਆ ਹੈ ਕਹਿੰਦਾ ਅੱਲਾਹ ਤਾਲਾ ਤੈਨੂੰ ਹੋਰ ਦੱਬੇਗਾ ਕਹਿੰਦਾ ਅੱਲਾਹ ਤਾਲਾ ਨੂੰ 12 ਸਾਲ ਹੋ ਗਏ ਜਪਦੇ ਨੂੰ ਮੈਨੂੰ ਕੁਝ ਨਹੀਂ ਦਿੱਤਾ ਜਾ ਚੜਿਆ ਜਾ ਇੱਥੋਂ ਉਹ ਜਦ ਫਿਰ ਆਵਾਜ਼ ਮਾਰਿਆ ਕਰੇ ਗੁਰਮੁਖੋ ਜਿਹੜਾ ਗਲੀ ਦਾ ਮੰਗਤਾ ਹੁੰਦਾ ਹੈ ਉਹਦੀ ਪਛਾਣ ਕੁੱਤੇ ਨੂੰ ਹੋਇਆ ਕਰਦੀ ਹੈ ਗਲੀ ਦੇ ਵਿੱਚ ਮੰਗਤਾ ਆਇਆ ਭੌਂਕਣ ਲੱਗਾ ਮੰਗਤੇ ਕੋਲ ਸੋਟੀ ਆ ਘੁਮਾਈ ਜਾ ਰਿਹਾ ਪਰ ਕੁੱਤੇ ਤੇ ਮਾਰਦਾ ਨਹੀਂ ਕੁੱਤੇ ਨੂੰ ਸੋਟੀ ਨਾਲ ਹੰਕਾਈ ਜਾ ਰਿਹਾ ਮਾਲਕ ਦੇ ਮਕਾਨ ਅੱਗੇ ਜਾ ਖੜਾ ਉਹਨੂੰ ਪਤਾ ਵੀ ਅੰਦਰੋਂ ਮੈਂ ਗੇਟ ਖੜਕਾਵਾਂਗਾ ਕੁੰਡੀ ਖੜਕਾਵਾਂਗਾ ਅੰਦਰੋਂ ਮਾਲਕ ਕੀ ਜਵਾਬ ਦੇਵੇਗਾ ਖਾਨੇ ਵੀ ਅੱਗਿਆ ਬੈਠਾ ਹੋਵੇ ਕੌਣ ਪਾਉਂਦਾ ਹੈ ਮਰਾਦਾਂ ਉਹਨੇ ਕੁੰਡੀ ਖੜਕਾਈ ਭਾਈ ਸਾਹਿਬ ਇੱਕ ਰੋਟੀ ਦਾ ਟੁਕੜਾ ਚਾਹੀਦਾ ਭੁੱਖ ਲੱਗੀ ਹੈ ਕਈ ਦਿਨਾਂ ਤੋਂ ਭੁੱਖਾ ਅੰਦਰੋਂ ਆਵਾਜ਼ ਆਈ ਜਾ ਤੁਰ ਜਾ ਅੱਗੇ ਹੋਰ ਘਰ ਮੰਗ ਨਾ ਤੇਰੇ ਪੁੱਤਰ ਦੇਸਾਂ ਵਿਦੇਸਾਂ ਵਿੱਚ ਤਰੱਕੀਆਂ ਕਰ ਮੌਜਾਂ ਮਾਣੇ ਤੂੰ ਮਹਿਲਾਂ ਵਾਲਾ ਹੋਵੇ ਤੇਰੇ ਪੁੱਤ ਪੜੋਤਿਆਂ ਵਾਲਾ ਹੋਵੇ ਗੁਰਮੁਖੋ ਇੱਕ ਰੋਟੀ ਦੇ ਟੁਕੜੇ ਦੇ ਪਿੱਛੇ ਲੱਖਾਂ ਵਾਰ ਅਸੀਸ ਵੱਲ ਲੱਖਾਂ ਦੀ ਮਨ ਦੇ ਵਿੱਚੋਂ ਅਸੀਸ ਇੱਕ ਭੁੱਖੇ ਵਿਅਕਤੀ ਦੇ ਉਹ ਕਹਿੰਦਾ ਮਾਲਕ ਕਹਿਣ ਲੱਗਾ ਤੂੰ ਮੈਨੂੰ ਅਸੀਸ ਕੀ ਦਿੰਦਾ ਤੂੰ ਆਪ ਭੁੱਖਾ ਮਰਦਾ ਫਿਰਦਾ ਹੈ ਗੁਰਮੁਖੋ ਮਿਸਤਰੀ ਰਾਜਿਆਂ ਦੇ ਮਹਿਲ ਪਾ ਦਿੰਦੇ ਨੇ ਆਪ ਕੁੱਲੀਆਂ ਦੇ ਵਿੱਚ ਸੌਂਦੇ ਨੇ ਅੰਕੁ ਸਤਨਾਮ ਸ੍ਰੀ ਵੱਡੇ ਵੱਡੇ ਮਹਿਲ ਸਾਡੀਆਂ ਭੈਣਾਂ ਇੱਕ ਢਾਬ ਦੇ ਸਿਰ ਤੇ ਚੁੱਕ ਕੇ ਵੱਡੀਆਂ ਵੱਡੀਆਂ ਕੋਠੀਆਂ ਮਹਿਲ ਪਾ ਦਿੰਦੀਆਂ ਨੇ ਪਰ ਆਪ ਵਿਚਾਰੀਆਂ ਚਾਰ ਭਾਈ ਤੋਂ ਵੀ ਭੁੱਜੇ ਪੈਣ ਖਾਂ ਇਹ ਜ਼ਰੂਰੀ ਨਹੀਂ ਪਰ ਜੋ ਰੱਬ ਦੀ ਰਜ਼ਾ ਦੇ ਵਿੱਚ ਉਹਦੀ ਕੁਦਰਤ ਦੇ ਵਿੱਚ ਰਹਿਣਾ ਸਿੱਖ ਲਵੇ ਉਹ ਰੱਬ ਦਾ ਪਿਆਰ ਆਪਣ ਸ਼ਾਂਤੀ ਅਨੰਦ ਜਿਹੜਾ ਕੁੱਲੀਆਂ ਦੇ ਵਿੱਚ ਆਨੰਦ ਹੈ ਗੁਰਮੁਖੋ ਕਿਤੇ ਹੋਰ ਨਹੀਂ ਰੱਬ ਪਾਇਆ ਦੁਖੀਆਂ ਨੇ ਪਾਇਆ ਸੁਖੀਆਂ ਨੇ ਕਦੇ ਰੱਬ ਨਹੀਂ ਪਾਇਆ ਵੱਡੇ ਵੱਡੇ ਰਾਜੇ ਮਹਾਰਾਜੇ ਸਾਧੂ ਲੋਕਾਂ ਕੋਲ ਆਉਂਦੇ ਰਾਜੇ ਜਨਕ ਵਰਗਿਆਂ ਤੋਂ ਰਾਜ ਭਾਗ ਛਡਾ ਕੇ ਰੱਬ ਦੀ ਬੰਦਗੀ ਕਰਨ ਲਾ ਦਿੱਤਾ ਸਾਧੂ ਲੋਕਾਂ ਨੇ ਹੁਣ ਲੱਖਾਂ ਦੀ ਚੀਜ਼ ਵਰ ਉਹ ਮੰਗਤਾ ਮੰਗੀ ਜਾ ਰਿਹਾ ਹੈ ਐਂਡ ਨੂੰ ਉਹ ਇੱਕ ਰੋਟੀ ਦਾ ਟੁਕੜਾ ਲੈ ਕੇ ਜਾ ਰਿਹਾ ਗੁਰਮੁਖੋ ਮੰਗਣਾ ਆਇਆ ਅਸੀਂ ਸਤਿਗੁਰਾਂ ਦੇ ਦਰ ਤੇ ਜਾ ਕੇ ਕੀ ਮੰਗਣ ਜਾਣਦੇ ਇੱਕ ਮੰਗਤੇ ਦੀ ਤਰ੍ਹਾਂ ਇੱਕ ਗਲੀ ਦਾ ਕੁੱਤਾ ਚਾਰ ਵਾਰ ਰੋਟੀ ਪਾ ਦੇਵੋ ਗੁਰਮੁਖੋ ਤੁਹਾਡੇ ਪੈਰਾਂ ਦੇ ਵਿੱਚ ਬੈਠਾ ਰਹੇਗਾ ਤੁਸੀਂ ਸੋਟੀ ਚੁੱਕੋ ਉਹਨੂੰ ਘੂਰੋ ਉਹ ਪੂਛ ਹਲਾਉਂਦਾ ਹਲਾਉਂਦਾ ਤੁਹਾਡੇ ਪੈਰਾਂ ਨੂੰ ਚੱਕੀ ਜਾਵੇਗਾ ਕਿਉਂਕਿ ਉਹ ਤੁਹਾਡਾ ਵਫ਼ਾਦਾਰ ਹੋ ਗਿਆ ਤੁਹਾਡੀ ਰੋਟੀ ਖਾ ਲਈ ਨਮਕ ਖਾ ਲਿਆ ਤੁਹਾਡਾ ਤੁਸੀਂ ਸੋਟੀ ਨਾਲ ਘੂਰ ਦਿੱਤਾ ਉਹ ਅੱਗੇ ਚਲਿਆ ਗਿਆ ਮੁੜ ਕੇ ਆ ਕੇ ਤੁਹਾਡੇ ਗੇਟ ਅੱਗੇ ਬੈਠੇਗਾ ਤੁਹਾਡੇ ਘਰ ਦੀ ਰਾਖੀ ਕਰੇਗਾ ਕਿ ਅਸੀਂ ਗੁਰੂ ਦੇ ਦਰ ਤੇ ਜਾ ਕੇ ਇੱਕ ਕੁੱਕਰ ਦੀ ਤਰ੍ਹਾਂ ਕਦੇ ਰੱਬ ਤੋਂ ਮੰਗਿਆ ਕਿ ਇੱਕ ਜੁੱਤੀ ਦੀ ਤਰ੍ਹਾਂ ਜੁੱਤੀ ਸਾਨੂੰ ਗੁਰੂ ਘਰ ਲੈ ਆਈ ਉਹ ਬਾਹਰੇ ਡੀਕ ਰਹੀ ਹੈ ਤੁਹਾਡਾ ਕਿ ਮੇਰਾ ਮਾਲਕ ਆਵੇਗਾ ਮੈਨੂੰ ਰੋੜਿਆਂ ਤੋਂ ਬਚਾਵਾਂਗੇ ਉਹਨੂੰ ਕੰਡਿਆਂ ਤੋਂ ਬਚਾਵਾਂਗੇ ਉਹਨੂੰ ਵੱਡੀਆਂ ਮੈਂ ਗਲੀ ਦੇ ਵਿੱਚੋਂ ਆਈ ਪੱਥਰਾਂ ਤੋਂ ਬਚਾਵਾਂਗੇ ਗੁਰਮੁਖ ਇਸੇ ਤਰ੍ਹਾਂ ਰੱਬ ਦੇ ਪਿਆਰਿਆਂ ਨੇ ਆਪਦੇ ਆਪ ਨੂੰ ਲਾਲਾ ਗੋਲਾ ਦਰਸ਼ਨ ਦਾਸ ਪਾਲ ਤਲੇ ਦੀ ਘਾਸ ਪੈਰਾਂ ਥੱਲੇ ਲੱਤ ਪਏ ਹੋਏ ਘਾਹ ਦੇ ਬਰਾਬਰ ਆਪ ਨੂੰ ਰੁਤਬਾ ਦਿੱਤਾ ਹੈ ਅਸੀਂ ਮੰਗਣਾ ਸਿੱਖੀਏ ਉਹ ਉੱਠਿਆ ਫਕੀਰ ਉੱਠ ਕੇ ਫਕੀਰ ਕਹਿੰਦਾ ਜਾ ਤੁਰ ਜਾ ਜਾ ਤੈਨੂੰ ਮੈਂ ਕਹਿ ਦਿੱਤਾ ਮੈਂ ਤਾਂ ਆਪ ਭੁੱਖਾ ਮਰਨਾ ਕਹਿ ਕੇ ਧੱਕਾ ਦੇ ਦਿੱਤਾ
ਉਹ ਵਿਚਾਰਾ ਦੂਰ ਜਾ ਡਿੱਗਾ ਨਾਲ ਕੀ ਵੇਖਦਾ ਹੈ ਅੱਖਾਂ ਖੁੱਲੀਆਂ ਰਹਿ ਗਈਆਂ ਨਾਲ ਕੌੜੀਆਂ ਅੰਦੇ ਵਿਚਾਰੇ ਦੇ ਦੋਨੇ ਲੱਤਾਂ ਹੀ ਨਹੀਂ ਸਨ ਭੱਜ ਕੇ ਚੁੱਕਿਆ ਗੋਦ ਦੇ ਵਿੱਚ ਲਿਆ ਕਿਉਂਕਿ 12 ਸਾਲ ਤੋਂ ਨਮਾਜ਼ ਅਦਾ ਕਰਦਾ ਸੀ ਅੱਖਾਂ ਵਿੱਚੋਂ ਹੰਝੂ ਚੱਲ ਪਏ ਓ ਮੇਰਾ ਮੌਲਾ ਆ ਮੇਰਾ ਤਾਲਾ ਹੇ ਮੇਰੇ ਰਹਿਬ ਦੀਗਾਰ ਹੇ ਮੇਰੇ ਪਰਮ ਦੀਗਾਰ ਮੈਂ ਕਿਹੜੀ ਚੱਪਲਾਂ ਪਿੱਛੇ ਤੇਰੇ ਨਾਲ ਉੱਠ ਕੇ ਬੈਠ ਗਿਆ ਮੇਰੇ ਹੱਥ ਸਹੀ ਮੇਰੀਆਂ ਲੱਤਾਂ ਸਹੀ ਮੇਰੀਆਂ ਅੱਖਾਂ ਸਹੀ ਇਸ ਮਾਲਕ ਦੇ ਤੇਰੇ ਦਰ ਤੋਂ ਇਹਨੂੰ ਲੱਤਾਂ ਹੀ ਨਹੀਂ ਇਹ ਚੱਪਲਾਂ ਲੈਣ ਬਾਰੇ ਸੋਚ ਵੀ ਨਹੀਂ ਸਕਦਾ ਗੁਰਪੁਰ ਜਿੱਥੇ ਰੱਖੇ ਰੱਬ ਉੱਥੇ ਰਹੀਏ ਉੱਥੇ ਸਬਰ ਕਰੀਏ ਕਿਉਂਕਿ ਰੱਬ ਦਾ ਘਰ ਦਾ ਇੱਕੋ ਨੂਰ ਹਨ ਅੱਲਾਹ ਦਾ ਨੂਰ ਨੇ ਕੁਦਰਤ ਦੇ ਬੰਦੇ ਸਾਰੇ ਅੱਲਾਹ ਦਾ ਨੂਰ ਨੇ ਕੁਦਰਤ ਦੇ ਬੰਦੇ ਸਾਰੇ ਹੋ ਜਾਣੇ ਹਨ
ਜਦੋਂ ਦਰਸ਼ਨੀ ਹੋ ਗਏ ਗੁਰਮੁਖ ਪਿਆਰਿਓ ਅਜੂਬੀ ਸ਼ਹਿ ਭਾਉ ਜੁਨ ਸਾਰੀਆਂ ਦੁਨੀਆਂ ਤੋਂ ਮੁਕਤ ਹੋ ਜਾਵੋਗੇ। ਗੁਰ ਪ੍ਰਸ਼ਾਦ ਗੁਰਾਂ ਨੇ ਗੁਰ ਦਿੱਤਾ ਹੈ ਪ੍ਰਸ਼ਾਦ ਦੇ ਰੂਪ ਵਿੱਚ ਜਪ ਦਾ ਜਾਪ ਕਰ। ਇਹ ਗੱਲ ਸੱਚ ਹੈ ਆਜ ਜੁਗਾਂ ਸੱਚ ਹੈ ਜੁਗਾਂ ਤੋਂ ਸੱਚ ਹੈ ਹੈ ਵੀ ਸੱਚ ਹੁਣ ਵੀ ਸੱਚ ਹੈ ਨਾਨਕ ਹੋ ਸੀ ਵੀ ਸੱਚ ਕਹਾਂ ਵੀ ਇਹੀ ਸੱਚ ਰਹਿਣਾ। ਇਹ ਵੱਡਾ ਸੱਚ ਹੈ ਕਿ ਭਗਤੀ ਇਬਾਦਤ ਬੰਦਾ ਕਰ ਸਕਦਾ ਹੈ। ਅਸੀਂ ਇਹ ਚੱਕਰਾਂ ਵਿੱਚ ਪਈ ਜਾ ਰਹੇ ਹਾਂ ਕਿ ਫਲਾਣਾ ਸਾਧੂ ਚੱਕਰਾਂ ਦੇ ਵਿੱਚ ਗੁਰਮੁਖੋ ਚੱਕਰਾਂ 'ਚ ਰੱਬ ਨਹੀਂ ਮਿਲਦਾ ਨਹੀਂ ਮਿਲਦਾ ਪੱਤਿਆਂ ਦੇ ਉਹਦੇ ਗੁਰਮੁਖੋ ਗੱਲ ਧਿਆਨ ਦਿਓ ਪੱਤਿਆਂ ਦੇ ਉਹਦੇ ਚੱਕਰਾਂ ਦੇ ਵਿੱਚ ਲੋਕ ਵੀ ਨਹੀਂ ਲੁੱਟੇ ਜਾਂਦੇ ਕੋਈ ਨਹੀਂ ਲੁੱਟਿਆ ਜਾਂਦਾ ਪੱਤੇ ਖਾਰ ਕੇ ਸਬਰ ਕਰਿਆ ਜਿਹੜੇ ਸਾਧੂਆਂ ਨੇ ਜੰਗਲਾਂ ਦਾ ਰਾਹ ਤਿਆਰ ਕਰਿਆ। ਬਾਬੇ ਫਰੀਦ ਨੇ ਸਰੀਰ ਸਾਰਾ ਪਿੰਜਰ ਬਣਾ ਲਿਆ ਸੀ ਉੱਥੇ ਪਾਣੀ ਦਾ ਪ੍ਰਚਾਰ ਕਰਿਆ ਇਹ ਦੋ ਨੈਣਾ ਮੱਧ ਸੁਣੋ ਫਿਰ ਦੇਖਣ ਕੀ ਆਸ ਆਸ ਹੀ ਸੀ ਹਲੇ ਮਿਲਿਆ ਨਹੀਂ ਸੀ ਰੱਬ ਫਿਰ ਜਾ ਕੇ ਰੱਬ ਦੀ ਪ੍ਰਾਪਤੀ ਹੋਈ ਸੀ। ਅਰਦਾਸ ਰੱਬ ਦੇ ਪਿਆਰਿਆਂ ਨੇ ਰੱਬ ਦਾ ਨਾਮ ਲੈਣ ਲਈ ਅੱਡ ਅੱਡ ਰਾਹ ਅਪਣਾਏ ਅੱਡ ਅੱਡ ਮਾਰਗ ਅਪਣਾਏ। ਗੁਰਮੁਖੋ ਭਗਤੀ ਬਾਤ ਕਰੋ ਬੰਦਾ ਉਹੀ ਹੁੰਦਾ ਨੂੰ ਦੇਵਤਿਆਂ ਵਰਗਾ ਕਹਿ ਲਓ ਬੰਦਾ ਉਹੀ ਹੁੰਦਾ ਪਾਪ ਕੱਟ ਕੇ ਫਾਂਸੀ ਦੇ ਤਖ਼ਤਿਆਂ ਤੱਕ ਚੜ ਜਾਂਦਾ ਹੈ ਬੰਦਾ ਉਹੀ ਹੈ। ਹੁਣ ਸਾਧ ਮਤ ਦਾ ਬੰਦਾ ਕਹਿ ਲਓ ਉਹਨੂੰ ਪਾਪੀ ਕਹਿ ਲਓ ਉਹਨੂੰ ਸੰਤ ਕਹਿ ਲਓ ਜਾਂ ਦੇਵਤਾ ਕਹਿ ਲਓ ਪ੍ਰਾਣੀ ਉਹੀ ਹੈ ਮਨੁੱਖ ਜਾਮਾ ਇੱਕੋ ਹੈ ਉਹ ਏਕ ਹੈ ਅਕਾਰ ਅਨੇਕ ਹੈ ਇਹ ਰੰਗ ਨਹੀਂ ਰੂਪ ਨਹੀਂ ਭਿੰਨ ਨਹੀਂ ਭੇਦ ਨਹੀਂ ਗੁਰਮੁਖੋ ਸਾਰਿਆਂ ਦੇ ਨੱਕ ਕੰਨ ਬੁੱਧ ਸਭ ਦੇ ਲੱਗੇ ਹੈ ਪਰ ਇੱਕੋ ਜਿਹਾ ਚਿਹਰਾ ਨਹੀਂ ਇੱਕ ਦੀ ਇੱਕ ਨਕਲ ਜ਼ਰੂਰ ਹੈ ਇੱਕ ਅਸਲ ਹੈ ਇੱਕ ਨਕਲ ਹੈ ਦਿਨ ਹੈ ਤਾਂ ਰਾਤ ਹੈ ਜੀਵਨ ਹੈ ਤਾਂ ਮੌਤ ਹੈ ਇੱਕ ਦਾ ਸੂਰਤ ਨਾ ਔਰ ਕਲਾ ਮੇਰਾ ਮੌਲਾ ਮੈਂ ਚੱਪਲਾ ਪਿੱਛੇ ਤੇਰੇ ਨਾਲ ਉੱਠ ਕੇ ਬਹਿ ਗਿਆ ਤੰਦਰੁਸਤ ਹੱਥ ਦਿੱਤੇ ਨੇ ਤੰਦਰੁਸਤ ਅੱਖਾਂ ਦਿੱਤੀਆਂ ਨੇ ਨੇਤਰ ਬਖਸ਼ੇ ਨੇ ਤੰਦਰੁਸਤ ਲੱਤਾਂ ਦਿੱਤੀਆਂ ਨੇ ਸਾਰੇ ਸਰੀਰ ਦੇ ਅੰਗ ਸਹੀ ਸਲਾਮਤ ਮਾਇਆ ਹੱਥਾਂ ਦੀ ਮਹਿਰ ਹੋਇਆ ਕਰਦੀ। ਅਸੀਂ ਬਾਬੇ ਨਾਨਕ ਦਾ ਮਾਰਗ ਅਪਣਾਈਏ ਸਤਿਗੁਰੂ ਰਵਿਦਾਸ ਮਾਰਗ ਦਾ ਮਾਰਗ ਅਪਣਾਈਏ ਕਿਰਤ ਕਰੀਏ ਕਿਰਤ ਕਰਨੀ ਬੰਦ ਨਾ ਕਰੀਏ ਗੁਰਮੁਖ ਕਹਿ ਰਹੇ ਜੀ ਰੱਬ ਦਾ ਨਾਮ ਲੈ ਕੇ ਕਈ ਕੀ ਕਰਦੇ ਆ ਮੇਰੇ ਭਰਾ ਵੀ ਹੁਣ ਅਸੀਂ ਰੱਬ ਦਾ ਨਾਮ ਜਪਣ ਲੱਗ ਪਏ ਕਿ ਹੁਣ ਸਾਡੇ ਬੱਚੇ ਹੋਰ ਪਾਲਣ ਕੋਈ ਨਹੀਂ ਜੇ ਰੱਬ ਦਾ ਨਾਮ ਜਪ ਕੇ ਹੀ ਸਰਦਾ ਹੁੰਦਾ ਕਰਦਾ ਕਿਰਤ ਕਰਕੇ ਸਦਕੇ ਸਰਦਾ ਹੁੰਦਾ ਤਾਂ ਮੇਰਾ ਸਤਿਗੁਰ ਰਵਿਦਾਸ ਮਹਾਰਾਜ ਜੋੜੇ ਨਾ ਗੰਢਦਾ ਜੇ ਕਿਰਤ ਕਰਿਆ ਕਰਦਾ ਹੁੰਦਾ ਤਾਂ ਕਬੀਰ ਮਹਾਰਾਜ ਖੱਟੀ ਨਾ ਬੋਲਦੇ ਜੇ ਕਿਰਤ ਸੱਦ ਕੇ ਸਰਦਾ ਹੁੰਦਾ ਗੁਰਮੁਖ ਸਤਿਗੁਰ ਨਾਨਕ ਪਾਤਸ਼ਾਹ ਖਾਲ ਨਾ ਪਾਉਂਦੇ ਨਾ ਪਾਉਂਦੇ ਚੋਲਾ ਲਿਪੜ ਜਾਵੇ ਲਿਪੜ ਜਾਵੇ ਗੁਰਮੁਖੋ ਪਰ ਆਚਰਨ ਤੇ ਇੱਕ ਵੀ ਦਾਗ ਨਾ ਲੱਗ ਜਾਵੇ। ਬਾਬੇ ਨਾਨਕ ਦੇ ਮਾਰਗ ਨੂੰ ਸਤਿਗੁਰ ਰਵਿਦਾਸ ਮਹਾਰਾਜ ਦੇ ਮਾਰਗ ਨੂੰ ਅਪਣਾਓ ਨਾਮ ਜਪੋ ਵੰਡ ਕੇ ਸਕੋ ਕਿਰਤ ਕਰੋ। ਅੰਗਰੇਜ਼ ਲੋਕਾਂ ਨੇ ਦੋ ਸ਼ਬਦ ਬਣਾਏ ਨੇ ਥੈਂਕ ਯੂ ਤੇ ਸੌਰੀ। ਦੇਖੋ ਦੁਨੀਆ ਦੇ ਕਿਹੜੇ ਰਸਤਿਆਂ ਦੇ ਸਾਡੇ ਬੱਚੇ ਛੱਡ ਤੁਹਾਡਾ ਕੋਲ ਜਾ ਰਹੇ ਨੇ ਇਹ ਥੈਂਕ ਯੂ ਤੇ ਸੌਰੀ ਇਹ ਅੰਗਰੇਜ਼ੀ ਦੇ ਸ਼ਬਦ ਨੇ ਇਹਦਾ ਪੰਜਾਬੀ ਵਿੱਚ ਅਨੁਵਾਦ ਕਰ ਲਈਏ ਖਿਮਾ ਜਾਚਨਾ ਜੋ ਅਸੀਂ ਸਾਮ ਨੂੰ ਅਰਦਾਸ ਬੇਨਤੀ ਕਰਦੇ ਹਾਂ ਖਿਮਾ ਮਾਫੀ ਭੁੱਲਾ ਚੁੱਕਾਂ ਦੀ ਤੜਕੇ ਉੱਠ ਕੇ ਧੰਨਵਾਦ ਹੇ ਮੇਰੇ ਰੱਬ ਦਾ ਸਤਿਗੁਰੂ ਪਾਤਸ਼ਾਹ ਮੇਰੀਆਂ ਅੱਖਾਂ ਦੇ ਕੋਲੋਂ ਮੇਰੇ ਨੇਤਰਾਂ ਕੋਲੋਂ ਮੇਰੀ ਰਸਨਾ ਕੋਲੋਂ ਮੇਰੇ ਹੱਥਾਂ ਕੋਲੋਂ ਕਿਸੇ ਦਾ ਬੁਰਾ ਨਾ ਹੋ ਜਾਵੇ। ਦਿਨ ਚੜਿਆ ਬੜਾ ਆਪ ਜੀ ਦਾ ਧੰਨਵਾਦ ਕਰਦੇ ਹਾਂ ਇਸੇ ਤਰ੍ਹਾਂ ਮੇਰੇ ਮਾਲਕਾ ਸ਼ੁਕਰ ਹੈ ਸ਼ੁਕਰ ਹੈ ਸ਼ੁਕਰ ਹੈ ਸ਼ੁਕਰਾਨਾ। ਅੰਗਰੇਜ਼ ਲੋਕ ਇਹ ਸ਼ਬਦ ਅਪਣਾਈ ਬੈਠੇ ਨੇ ਆਪਣੀ ਰਸਨਾ ਦੇ ਉੱਪਰ ਲਿਆਈ ਬੈਠੇ ਨੇ ਹਰ ਗੱਲ ਦੇ ਵਿੱਚ ਪਿੰਨ ਬਣਾ ਦਿਓ ਥੈਂਕ ਯੂ ਕਾਸੇ ਨਾਲ ਟੱਚ ਹੋ ਕੇ ਸੌਰੀ। ਗੁਰਮੁਖੋ ਅਸੀਂ ਇੱਥੇ ਖਾਮ ਖਾਂ ਲੜਾਈਆਂ ਲੜਦੇ ਕਰਦੇ ਜਦ ਮੇਰੇ ਸਤਿਗੁਰ ਕਹਿੰਦੇ ਬਾਦ ਬਾਦਾ ਮਤ ਕਰੋ ਕਰੋ ਨੇ ਤੇ ਇੱਕ ਵਿਚਾਰ ਵਿਚਾਰ ਤਾਂ ਕਰਕੇ ਵੇਖੋ ਸ਼ਾਂਤੀ ਆਨੰਦ ਦੇ ਵਿੱਚ ਰਹਿ ਕੇ ਤਾਂ ਵੇਖੋ।
ਜਿਹਾ ਸਵਾਰ ਲੱਗੇ ਹਾਂ ਤਾਂ ਪਰ ਕਹਿੰਦੇ ਆਪ ਸਵਾਰ ਹੈ ਮੈਂ ਮਿਲਿਆ ਸੁਖ ਹੋਏ। ਹਰ ਇੱਕ ਤੁਸੀਂ ਇੱਥੇ ਬੈਠੇ ਹੋ, ਅਸੀਂ ਦੂਜਿਆਂ ਦੀਆਂ ਛੱਡੋ ਆਪਣੇ ਆਪ ਨੂੰ ਸਵਾਰ ਲਈਏ, ਸਾਨੂੰ ਕੋਈ ਡਿੱਗੀ ਭੁੰਜੇ ਚੀਜ਼ ਮਿਲ ਜਾਵੇ ਅਸੀਂ ਚੁੱਕ ਕੇ ਇੱਕ ਪਾਸੇ ਧਰ ਦਈਏ ਤੇ ਇੱਥੋਂ ਦੀ ਕੋਈ ਪ੍ਰਾਣੀ ਲੰਘੇਗਾ ਇਹ ਰਾਹ ਡਿੱਗਿਆ ਲੱਭਦਾ ਜ਼ਰੂਰ ਆਵੇਗਾ, ਉਹ ਆ ਕੇ ਚੁੱਕ ਲਵੇਗਾ। ਬਾਹਰਲੇ ਲੋਕਾਂ ਵਿੱਚ ਖਾਸੀਅਤ ਹੈ ਪਰ ਇੱਥੇ ਉਲਟ ਗੁਰਮੁਖੋ ਸਾਡੇ ਇੱਥੇ ਬੇਈਮਾਨੀ ਬਕਾਰੀ ਵੱਧ ਹੁੰਦੀ ਹੈ। ਬੈਂਕਾਂ ਵਿੱਚ ਸਾਡਾ ਪੈਸਾ, ਅਸੀਂ ਖਾਤੇ ਖੁਲਾਏ ਪੈਸੇ ਧਰੇ, ਚਲੋ ਮਾਨ ਜਾਂ ਕਿਸੇ ਨੇ ਲੋਨ ਲਏ ਪਰ ਪੈਸਾ ਸਾਡੇ ਗੁਰਮੁਖੋ ਉਹ ਲੱਖਾਂ ਕਰੋੜਾਂ ਰੁਪਇਆ ਤੁਹਾਡਾ ਉਸ ਬੈਂਕ ਵਿੱਚ ਹੈ ਪਰ ਉਹ ਤੁਹਾਡੇ ਤੇ ਵਿਸ਼ਵਾਸ ਨਹੀਂ ਕਰਦੇ। ਤੁਸੀਂ ਜਾਣੋ ਬੈਂਕ ਦੇ ਵਿੱਚ ਉਹਨਾਂ ਦਾ ਪਿੰਨ ਰੱਸੀ ਨਾਲ ਬੰਨਿਆ ਪਿਆ ਹੁੰਦਾ ਕਿ ਨਹੀਂ, ਤੁਸੀਂ ਚੁੱਕ ਕੇ ਲੈ ਕੇ ਜਾਓ। ਗੱਲ ਸਹੀ ਹੈ ਕਿ ਵਾਟਰ ਕੂਲਰ ਤੇ ਚਲੇ ਜਾਓ, ਪਾਣੀ ਦਾ ਗਲਾਸ ਰੱਸੀ ਨਾਲ ਬੰਨਿਆ ਪਿਆ ਹੈ, ਕਿਉਂਕਿ ਤੁਸੀਂ ਚੁੱਕ ਕੇ ਜੇ ਵਿੱਚ ਪਾ ਲੈ ਕੇ ਜਾਓ। ਐਸਾ ਆਚਰਣ ਬਣਾ ਲਿਆ ਗੁਰਮੁਖੋ, ਸ਼ਰਾਬੀ ਠੇਕੇ ਤੇ ਖੁੱਲੇ ਗਲਾਸ ਪਏ ਹੁੰਦੇ ਨੇ ਕੋਈ ਨਹੀਂ ਚੁੱਕਦਾ, ਅਸੀਂ ਇੰਨੇ ਨਿਘਾਰ ਵੱਲ ਚਲੇ ਗਏ। ਮੇਰੇ ਸਤਿਗੁਰ ਦੇ ਉਂਗਲ ਉੱਠਦੀ ਹੈ ਗੁਰਮੁਖੋ ਆਪਣਾ ਆਪ ਸਵਾਰਿਆ ਕਰੀਏ। ਔਰ ਉਹ ਵਿਚਾਰ ਸਮਾਜ ਨਹੀਂ ਦਿੰਦਾ, ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਆ ਕੇ ਸੰਗਤਾਂ ਦੇ ਵਿੱਚ ਸੇਵਾ ਕਰ ਰਹੇ ਨੇ, ਪ੍ਰਸ਼ਾਦੇ ਵੰਡ ਰਹੇ ਨੇ, ਪਰ ਕਿਸੇ ਨੂੰ ਇਹ ਨਹੀਂ ਪਤਾ ਕਿ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਪੰਚਮ ਪਾਤਸ਼ਾਹ ਨੇ, ਇਹ ਮਾਤਾ ਗੰਗਾ ਜੀ ਨੇ, ਨਹੀਂ ਪਤਾ, ਸੇਵਾ ਕਰਦੇ ਫਿਰ ਰਹੇ ਨੇ। ਪ੍ਰਸ਼ਾਦਾ ਪਾਣੀ ਸਕਾਇਆ ਪੱਖੇ ਦੀ ਸੇਵਾ ਲਈ, ਇੱਕ 70 ਸਾਲ ਦਾ ਬਜ਼ੁਰਗ ਥੱਕ ਹਾਰ ਕੇ ਲੱਤਾਂ ਘੁੱਟੀ ਜਾ ਰਿਹਾ ਆਪਣੀਆਂ ਆਪ ਹੀ ਆਪਣੇ ਪੈਰਾਂ ਦੀਆਂ। ਮੇਰੇ ਪ੍ਰੀਤਮ ਪਿਆਰੇ ਦੇ ਨੇਤਰਾਂ ਦੇ ਵਿੱਚ ਵਿਰਾਗ ਦਾ ਹੜ੍ਹ ਤੁਰ ਪਿਆ, ਜਾ ਕੇ ਬਾਪੂ ਜੀ ਇਹ ਸੇਵਾ ਮੈਨੂੰ ਬਖਸ਼ੋ, ਨਹੀਂ ਪਤਾ ਬਾਪੂ ਦੀਆਂ ਲੱਤਾਂ ਅੱਜ ਮੇਰਾ ਪੰਚਮ ਪਾਤਸ਼ਾਹ ਘੁੱਟ ਰਿਹਾ ਹੈ। ਮਾਤਾ ਗੰਗਾ ਜੀ ਪੱਖੇ ਦੀ ਸੇਵਾ, ਜਲ ਦੀ ਸੇਵਾ ਕਰ ਰਹੀ ਹੈ। ਦਿਲ ਚੜਿਆ, ਕਹਿੰਦੇ ਜੋੜਿਆਂ ਦੀ ਰਾਖੀ ਕੌਣ ਖੜੇਗਾ, ਇੱਥੇ ਰੱਖ ਲਓ ਗਾਹਾਂ ਭੀੜ ਹੋਵੇਗੀ, ਸਤਸੰਗ ਵੱਡਾ, ਪੰਚਮ ਪਾਤਸ਼ਾਹ ਨੇ ਪਹਿਲੀ ਵਾਰ ਦਰਸ਼ਨ ਦੇਣੇ ਸੀ ਸੰਗਤਾਂ ਨੂੰ। ਪੰਚਮ ਪਾਤਸ਼ਾਹ ਕਹਿੰਦੇ ਜੇ ਆਗਿਆ ਹੋਵੇ ਕੋਈ ਖੜਨ ਨੂੰ ਤਿਆਰ ਹੀ ਨਾ, ਆਪਾਂ ਚਲੇ ਜਾਈਏ। ਕਹਿੰਦੇ ਗੱਡੀ ਲਵੇ ਕੌਣ ਖੜੇਗਾ, ਕੋਈ ਨੀ ਖੜਦਾ, ਸਾਰੇ ਕਹਿੰਦੇ ਜਾਣਾ। ਪੰਚਮ ਪਾਤਸ਼ਾਹ ਤੇ ਮਾਤਾ ਗੰਗਾ ਜੀ ਕਹਿੰਦੇ ਇਹ ਸੇਵਾ ਸਾਨੂੰ ਬਖਸ਼ੋ, ਸਾਨੂੰ ਬਖਸ਼ ਦਿਓ ਇਹ ਸੇਵਾ। ਕਹਿੰਦੇ ਲੋ ਕਿੰਨੇ ਨੇਕ ਨੇ, ਚਿਹਰੇ ਤੇ ਨੂਰ ਹੈ, ਗੁਰੂ ਦੇ ਸੇਵਕ ਨੇ, ਚਲੇ ਗਏ, ਮੇਰਾ ਪ੍ਰੀਤਮ ਪਿਆਰਾ ਜੋੜਿਆਂ ਦੇ ਵਿੱਚ ਖੜਾ ਹੈ। ਅੱਗੇ ਪੰਡਾਲ ਸਜਿਆ, ਸੰਗਤਾਂ ਜਾ ਕੇ ਬੈਠੀਆਂ, ਅੱਧਾ ਘੰਟਾ ਲੰਘ ਗਿਆ, ਡੀਕਦਿਆਂ ਨੂੰ ਕਿ ਅੱਜ ਮੇਰਾ ਪ੍ਰੀਤਮ ਨਹੀਂ ਆਇਆ। ਸੰਗਤਾਂ ਵਿੱਚ ਸੋਹਰਾ ਮੋਹਰੀ ਹੋਈ, ਕਹਿੰਦੇ ਸਤਿਗੁਰ ਮਹਾਰਾਜ ਦੇ ਮਾਤਾ ਜੀ ਰਾਤ ਦੇ ਗਏ ਹੋਏ ਨੇ ਹਨੇਰਿਆਂ ਦੇ। ਬਾਬਾ ਬੁੱਢਾ ਜੀ ਦੇ ਕੰਨਾਂ ਦੇ ਵਿੱਚ ਗੱਲ ਪਈ, ਬਾਬਾ ਬੁੱਢਾ ਜੀ ਦੇਖਦੇ ਫਿਰ ਕੇ ਕਿੱਧਰ ਗਿਆ ਮੇਰਾ ਪ੍ਰੀਤਮ। ਇਹ ਗੱਲ ਸੁਣਦਿਆਂ ਸੁਣਦਿਆਂ ਉਹੀ ਸੰਗਤਾਂ, ਲਾਹੌਰ ਦੀਆਂ ਸੰਗਤਾਂ ਦੇ ਕੰਨਾਂ ਦੇ ਵਿੱਚ ਜਾ ਵੱਜੀ, ਕਹਿੰਦੇ ਰਾਤ ਦੇ, ਕਹਿੰਦੇ ਇੱਕ ਸਾਨੂੰ ਬਹੁਤ ਸੋਹਣੇ ਸਤਿਗੁਰ ਵਰਗੇ, ਪ੍ਰੀਤਮ ਵਰਗੇ ਸੇਵਕ, ਅੱਖਾਂ ਦੇ ਵਿੱਚ ਨੂਰ ਡੁੱਲ ਰਿਹਾ ਸੀ, ਖਮਾਰੀ ਚੜੀ ਸੀ ਮਾਤਾ ਸੀ, ਉਹਨਾਂ ਨੇ ਆਪਣੇ ਹੱਥੀ ਪ੍ਰਸ਼ਾਦਿਆਂ ਦੀ ਸੇਵਾ ਤੇ ਬਾਪੂ ਦੇ ਚਰਨ ਘੁੱਟਣ ਦੀ ਸੇਵਾ। ਬਾਬਾ ਬੁੱਢਾ ਜੀ ਕਹਿੰਦੇ ਭੱਜੋ, ਗੁਰੂ ਅਰਜਨ ਦੇਵ ਮਹਾਰਾਜ ਤੋਂ ਬਿਨਾਂ ਇੰਨੀ ਨਿਮਰਤਾ ਹੋਰ ਕਿਹਦੇ ਵਿੱਚ ਹੋਈ। ਜਾ ਕੇ ਕੀ ਵੇਖਦੇ ਨੇ, ਨੇਤਰ ਬੰਦ ਨੇ ਮੇਰੇ ਰਹਿਬਰ ਪ੍ਰੀਤਮ ਪੰਚਮ ਪਾਤਸ਼ਾਹ ਜੀ ਦੇ ਤੇ ਮਾਤਾ ਗੰਗਾ ਜੀ ਨਾਲ ਹੱਥ ਜੋੜੀ ਖੜੇ ਨੇ। ਜੋੜੇ ਅੱਜ ਖੜਾ ਰੱਬ ਬੰਨੇ ਆਵਰੇ ਆਪਣੇ।
Thank you.
ਆ ਰਹੇ ਨੇ ਫੁੱਲਾਂ ਦੀ ਵਰਸਾ ਹੋ ਰਹੀ ਹੈ ਜਿਹੜੀਆਂ ਸੰਗਤਾਂ ਨੇ ਰਾਤ ਨੂੰ ਸੇਵਾ ਕਰਵਾਈ ਸੰਗਤਾਂ ਸਤਿਗੁਰਾਂ ਤੋਂ ਅੱਖਾਂ ਦੇ ਵਿੱਚੋਂ ਹੰਝੂ ਚੱਲ ਪਏ ਉੱਠ ਕੇ ਕੋਈ ਬਜ਼ੁਰਗ ਖੜਾ ਹੋ ਗਿਆ ਜਿਹਦੇ ਚਰਨ ਸਤਿਗੁਰ ਸਾਰੀ ਰਾਤ ਫੁੱਟ ਗਏ ਇੰਨੀ ਨਿਮਰਤਾ ਗੁਰਮੁਖੋ ਰੱਬ ਦਾ ਪਿਆਰਾ ਰੱਬ ਦਾ ਨਾਮ ਜਪਣ ਲੱਗ ਜਾਵੇ ਬਨਸਪਤੀ ਉਹਦੀ ਸਜਾਈ ਹੋਈ ਏ ਆ ਮਨੁੱਖੀ ਸਰੀਰ ਮਾਲਕ ਦੀ ਦੇਣ ਨੇ ਤੁਸੀਂ ਧਰਤੀ ਤੇ ਪੈਦਾ ਸਕਾਲ ਪੁਰਖ ਨੇ ਕਰੇ ਹੋ ਅਸੀਂ ਖਹਿੜਾ ਨਾ ਛਡਾਈਏ ਸਾਡੇ ਮਾੜੇ ਕਰਮ ਕਹਿ ਕੇ ਮਾੜਾ ਕਰਮ ਹੁੰਦਾ ਗੁਰਮੁਖੋ ਕਿਸੇ ਗੰਦੇ ਨਾਲੀ ਦਾ ਕੀੜਾ ਹੁੰਦੇ ਤੁਸੀਂ ਮਨੁੱਖੀ ਜਾਮਾ ਵੱਡੇ ਭਾਗਾਂ ਦੀ ਨਿਸ਼ਾਨੀ ਹੈ ਇਹ ਵੀ ਸੱਚ ਹੈ ਕਿ ਦੁਨੀਆਂ ਦੇ ਧਰਤੀ ਦੇ ਉੱਤੇ ਕੋਈ ਐਸਾ ਮਨੁੱਖ ਨਹੀਂ ਮਿਲੇਗਾ ਜਿਹਨੂੰ ਦੁੱਖ ਨਾ ਆਏ ਹੋ ਐਸਾ ਵੀ ਨਹੀਂ ਮਿਲੇਗਾ ਜਿਹਨੂੰ ਸੁੱਖ ਨਾ ਆਏ ਦੁੱਖਾਂ ਤੇ ਸੁੱਖਾਂ ਦਾ ਸਵੇਲ ਏ ਜ਼ਿੰਦਗੀ ਅਸੀਂ ਗੁਰਬਾਣੀ ਦੇ ਲੜ ਲੱਗੀਏ ਆਪਣੇ ਆਪ ਨੂੰ ਆਪਣੇ ਸਰੀਰ ਦੇ ਵਿੱਚੋਂ ਗ੍ਰਹਿਤਾ ਦਾ ਤਿਆਗ ਕਰੀਏ ਅੱਜ ਉਹੀ ਬਜ਼ੁਰਗ ਭੱਜ ਕੇ ਸਤਿਗੁਰ ਜੀ ਹਲੇ ਸਟੇਜ ਤੇ ਸ਼ੋਭ ਦੀ ਹੋਣ ਵਾਲੇ ਸਨ ਬਿਰਾਜਮਾਨ ਹੋਣ ਵਾਲੇ ਸਨ ਹਮੇ ਅਪਰਾਧੀ ਕਹਿੰਦਾ ਬਖਸ਼ ਲਓ ਮੇਰੇ ਪਾਤਸ਼ਾਹ ਸਾਰੀ ਰਾਤ ਸਾਡੇ ਐਸੇ ਕਰ ਵੱਡੇ ਭਾਗ ਜੇ ਸਾਨੂੰ ਪਤਾ ਹੁੰਦਾ ਮਹਾਰਾਜ ਅਸੀਂ ਘਰ ਤੋਂ ਲੱਤਾਂ ਥੋੜਾ ਕਢਵਾਉਂਦੇ ਬਖਸ਼ ਲੈ ਹਮੇ ਅਪਰਾਧੀ ਹਮੇ ਅਪਰਾਧੀ ਬਖਸ਼ ਲਓ ਗੁਰੂਦੇਵ ਹਮੇ ਅਪਰਾਧੀ ਹਮੇ ਅਪਰਾਧੀ ਨੇਤਰਾਂ ਚੋਂ ਹੰਝੂ ਚੱਲੀ ਜਾਣ ਪਾਤਸ਼ਾਹ
ਕਿਰਪਾ ਕਰਦੇ ਹੋ ਵੱਡੇ ਅਪਰਾਧ ਕਰ ਬੈਠੇ ਆ ਸੰਗਤਾਂ ਤੁਹਾਡੇ ਦਰਸ਼ਨ ਕਰਨ ਆਏ ਸੀ ਸਾਰੀਆਂ ਸੰਗਤਾਂ ਨੂੰ ਪਤਾ ਨਹੀਂ ਸੀ ਅਸੀਂ ਨਾ ਅਣਜਾਣ ਸੀ ਅਸੀਂ ਭੁੱਲਣ ਹਾਰੇ ਤੂੰ ਬਖਸ਼ਣ ਹਾਰਾ ਪਾਤਸ਼ਾਹ ਜੀ ਅਸੀਂ ਭੁੱਲਣ ਹਾਰੇ ਨਾ ਹੁੰਦੇ ਤੂੰ ਬਖਸ਼ਣ ਹਾਰਾ ਨਾ ਅੱਖਾਂ ਵਿੱਚੋਂ ਹੰਝੂ ਚੱਲੇ ਚਰਨਾਂ ਦੇ ਵਿੱਚ ਡਿੱਗਣ ਲੱਗੇ ਗੁਰੂ ਪਾਤਸ਼ਾਹ ਜੀ ਨੇ ਮੋਢੇ ਤੋਂ ਫੜ ਕੇ ਸੀਨੇ ਨਾਲ ਲਾ ਲਿਆ ਨਾ ਬਾਪੂ ਤੂੰ ਮੇਰੇ ਪਿਤਾ ਦੀ ਉਮਰ ਦਾ ਸੰਗਤਾਂ ਸਭ ਮੇਰੇ ਚਰਨਾਂ ਦੇ ਸਾਡੀ ਚਰਨਾਂ ਦੀ ਧੂੜ ਨਹੀਂ ਅਸੀਂ ਚਰਨਾਂ ਦੀ ਧੂੜ ਕਰਦੇ ਸਾਨੂੰ ਬਖਸ਼ੋ ਤੁਸੀਂ ਗੁਰਮੁਖ ਪਿਆਰਿਓ ਰੱਬ ਦਾ ਪਿਆਰਾ ਆਪਣੇ ਆਪ ਨੂੰ ਇੰਨੀ ਨਿਮਰਤਾ ਦੇ ਵਿੱਚ ਲੈ ਆਉਂਦਾ ਸਾਰੇ ਪਾਸਿਓਂ ਸਰਬੱਤ ਪੂਰਾ ਹੋਣਾ ਕਿਸੇ ਪਾਸਿਓਂ ਵੀ ਘਾਟ ਨਾ ਹੋਣੀ ਗੁਰੂ ਨੇ ਮੇਰੇ ਨੇ ਖਾਲਸਾ ਸਾਜਿਆ ਗੁਰਮੁਖੋਂ ਐਸਾ ਮੇਰਾ ਖਾਲਸਾ ਹੋਵੇਗਾ ਇਹਦਾ ਖਾਸ ਰੂਪ ਹੋਵੇਗਾ ਜੋ ਵੀ ਨਹੱਥਾ ਕੋਈ ਮਹਿਮਾਨਾ ਜੀ ਸਰਦ ਵਿੱਚ ਆ ਜਾਵੇਗਾ ਆਪਣਾ ਸੀਸ ਤੱਕ ਦੇ ਦੇਵੇਗਾ ਪਰ ਕਿਸੇ ਤੇ ਆਂਚ ਨਹੀਂ ਆਉਣ ਦੇਵੇਗਾ ਦੀਵਾ ਜਲ ਜਾਂਦਾ ਹੈ ਮੋਮਬੱਤੀ ਜਲ ਜਾਂਦੀ ਹੈ ਪਰ ਆਪ ਨੂੰ ਉਹਦਾ ਕੋਈ ਫਾਇਦਾ ਨਹੀਂ ਗੁਰਮੁਖੋ ਦੀਵਾ ਦੂਜਿਆਂ ਨੂੰ ਜਲਨ ਕਰਦਾ ਹੈ ਕੋਈ ਫਾਇਦਾ ਨਹੀਂ ਦੀਵੇ ਨੂੰ ਆਪਣਾ ਦੂਜਿਆਂ ਦੇ ਘਰਾਂ ਦੇ ਵਿੱਚ ਚਾਨਣ ਵੜਦਾ ਹੈ ਭਗਤੀ ਬਾਤ ਕਰੋ ਕੰਮ ਹੀ ਕਰੋ ਦੀ ਲਾਲਚੀ ਤੇ ਭਗਤੀ ਨਾ ਹੋਏ ਭਗਤੀ ਕਰੇ ਕੋਈ ਸੂਰਮਾ ਜਾਤ ਭਗਤ ਕੁੱਲ ਖੋਏ ਮਹਾਰਾਜ ਨੇ ਕੁੱਲਾਂ ਖੋਈਆਂ ਗੁਰਮੁਖੋ ਕਿਹਦੇ ਲਈ ਸਾਡੇ ਲਈ ਕਬੀਰ ਖੜਾ ਬਾਜ਼ਾਰ ਮੇ ਲੀਏ ਲੁਕਾਠੀ ਹਾਥ ਜੋ ਘਰ ਵਾਲੇ ਆਪਣਾ ਚਲੇ ਹਮਾਰੇ ਸਾਥ ਇਹ ਤਾਂ ਡੇਰਾ ਪ੍ਰੇਮ ਦਾ ਆਓ ਡੇਰਾ ਨਹੀਂ ਦਿੰਦੇ ਸੰਤੋਂ ਪਰੇ ਅਸੀਂ ਹਰ ਰੋਜ਼ ਆ ਕੇ ਗੁਰੂ ਦੇ
ਕਰਦੇ ਅਸੀਂ ਟੁੱਟ ਚੁੱਕੀਏ ਸਾਡੇ ਤੇ ਦੁੱਖਾਂ ਦਾ ਪਹਾੜ ਆ ਚੁੱਕਿਆ ਹੋਵੇ ਸਾਨੂੰ ਵੱਡੇ ਘਾਟੇ ਪੈ ਗਏ ਸਾਡੇ ਆਪਣੇ ਸਾਥੋਂ ਵਿਛੜ ਕੇ ਦੂਰ ਚਲੇ ਗਏ ਦੂਰ ਚਲੇ ਗਏ ਲੋਕਾਂ ਦੀਆਂ ਅਸੀਸਾਂ ਦੇ ਨਾਲ ਦੁੱਖ ਵਧਾਉਣ ਦੇ ਨਾਲ ਬੰਦਾ ਹੌਲੀ ਹੌਲੀ ਫਿਰ ਗੁਰੂ ਦੇ ਦਰ ਤੇ ਆ ਜਾਂਦਾ ਜਦੋਂ ਬੰਦਾ ਸਰੀਰ ਪੂਰਾ ਕਰਦਾ ਉਹਦੀ ਕਿਰਿਆ ਕਰਮ ਸੰਸਕਾਰ ਇੱਕ ਬੰਦੇ ਨੇ ਸਵਾਲ ਕਰਿਆ ਕਹਿੰਦਾ ਬਾਬਾ ਜੀ ਤੁਸੀਂ ਦੀਵਾਨ ਲਾਉਂਦੇ ਹੋ ਕੱਲ ਦੱਸੋ ਨੌਜਵਾਨ ਮੁੰਡਾ ਮਰ ਜਾਂਦਾ ਤੁਸੀਂ ਦੇਗ ਬਣਾ ਕੇ ਖਾਈ ਜਾਂਦੇ ਹੋ ਤੇ ਸਮੈਲਾਂ ਆਉਂਦੀਆਂ ਨੇ ਗੁਰਮੁਖੋ ਮੇਰੇ ਸਤਿਗੁਰ ਮੇਰੇ ਪ੍ਰੀਤਮ ਨੇ ਕੋਈ ਮਨੁੱਖੀ ਵਿਗਿਆਨ ਸੋਚ ਤੋਂ ਬਿਨਾਂ ਕੋਈ ਕਾਰਜ ਨਹੀਂ ਕੀਤਾ ਅੱਗੇ ਜਦੋਂ ਪੁਰਾਣੇ ਜ਼ਮਾਨੇ ਦੇ ਵਿੱਚ ਕੋਈ ਚੜ੍ਹਾਈ ਕਰ ਜਾਂਦਾ ਉਹਦਾ ਪਿਆਰਾ ਬੰਦੇ ਦੇ ਮੂੰਹ ਦੇ ਵਿੱਚ ਨਿੰਮ ਤੋੜ ਕੇ ਪਾਇਆ ਜਾਂਦਾ ਮਹੀਨਾ ਮਹੀਨਾ ਪੱਤਾ ਨਿੰਮ ਦਾ ਤੋੜ ਕੇ ਪਾਇਆ ਜਾਂਦਾ ਭੈਣਾਂ ਦੀਆਂ ਚੂੜੀਆਂ ਤੋੜ ਦਿੱਤੀਆਂ ਜਾਂਦੀਆਂ ਉਹਦੇ ਸਿਰ ਦੇ ਬਾਲ ਖੋਲ ਦਿੱਤੇ ਜਾਂਦੇ ਸਾਰਾ ਕੁਛ ਕਰਿਆ ਜਾਂਦਾ ਸੀ ਸਮਾਜ ਦੇ ਨਹੀਂ ਭਾਈ ਤੂੰ ਰੱਬ ਦਾ ਮਿੱਠਾ ਭਾਣਾ ਕਰਕੇ ਨਾ ਮਿੱਠਾ ਭਾਣਾ ਤੇਰਾ ਕਿਹਾ ਨਹੀਂ ਕਰਕੇ ਵਿਖਾਇਆ ਆਪਣੇ ਸਰੀਰ ਤੇ ਆਪਣੇ ਪੁੱਤਰਾਂ ਨੂੰ ਵਾਰ ਕੇ ਵਿਖਾਇਆ ਦਾਨੀ ਬਣੇ ਗੁਰਮੁਖੋ ਦਾਨੀ ਕਰੇ ਅੱਖ ਚੋਂ ਹੰਝੂ ਨਹੀਂ ਵਹਾਉਂਦਾ ਕਦੇ ਮਨ ਦੇ ਵਿੱਚ ਦਾਨ ਕਰੇ ਦਾ ਪਛਤਾਵਾ ਨਹੀਂ ਕਰਦਾ ਉਂਝ ਮਾਪਿਆਂ ਲਈ ਵੱਡੇ ਵੱਡੇ ਰਹਿ ਪਰ ਰੋਏ ਪਰ ਦਾਨ ਕਰਕੇ ਕੋਈ ਨਹੀਂ ਰੋ ਸਕਦਾ ਇਹ ਗੁਰਸਿੱਖੀ ਹੈ ਮੇਰੇ ਪ੍ਰੀਤਮ ਪਿਆਰੇ ਸਤਿਗੁਰੂ ਗੋਬਿੰਦ ਪਾਤਸ਼ਾਹ ਬਾਝਾ ਵਾਲੇ ਕਲਗੀਆਂ ਮਹਾਰਾਜ ਮਹਾਰਾਜ ਨੇ ਦਾਨ ਦੇ ਕੇ ਸਰੀਰ ਦਾ ਪਰਿਵਾਰ ਦਾ ਅੱਖਾਂ ਚੋਂ ਹੰਝੂ ਨਹੀਂ ਸੀ ਸਾਰੀਆਂ ਸੰਗਤਾਂ ਦਾ ਧੰਨਵਾਦ ਜਿਨ੍ਹਾਂ ਨੇ ਸਾਨੂੰ ਨਿਮਾਣਿਆ ਨੂੰ ਮਾਣ ਬਖਸ਼ਿਆ ਏ ਗੁਰਮੁਖੋ ਬੋਲਦਿਆਂ ਤੋਂ ਕੋਈ ਜਜ਼ਬਾਤੀ ਹੋ ਕੇ ਕੋਈ ਸਾਮਧਾਮ ਸ਼ਬਦ ਨਿਕਲ ਜਾਵੇ ਤਾਂ ਸਾਰੀ ਸੰਗਤ ਤੋਂ ਹੱਥ ਜੋੜ ਕੇ ਸਤਿਗੁਰਾਂ ਦੇ ਚਰਨ ਦੇ ਵਿੱਚ ਸੀਸ ਨਵਾ ਕੇ ਮਾਫੀ ਚਾਹੁੰਦੇ ਹਾਂ ਆਪ ਬਖਸ਼ਣ ਯੋਗ ਹੋ ਆਪ ਜੀ ਦੇ ਪੁੱਤਰ ਆ ਕੋਈ ਸੰਤ ਨਹੀਂ ਕੋਈ ਵਿਦਵਾਨ ਨਹੀਂ ਸਤਿਗੁਰਾਂ ਨੇ ਸੇਵਾ ਲਈ ਤੁਹਾਡੀ ਸਰਬ ਦਾ ਤੁਹਾਡਾ ਸੇਵਾਦਾਰ ਤੁਹਾਡਾ ਚੌਕੀਦਾਰ ਹਾਂ ਕੋਈ ਸੰਤ ਨਹੀਂ ਆਪ ਜੀ ਦੇ ਲੰਗਰ ਦੇ ਪਤਵੰਤੇ ਤੇ ਆਪ ਸਾਰੀ ਸੰਗਤ ਦਾ ਧੰਨਵਾਦ ਕੀਤਾ ਜਾਂਦਾ ਹੈ ਭਾਈ ਪ੍ਰਧਾਨ ਸਾਹਿਬ ਸੁਤਰ ਸਿੰਘ ਜੀ ਸਾਡੇ ਹੈੱਡ ਗ੍ਰੰਥੀ ਸਾਹਿਬ ਸੰਦੀਪ ਸਿੰਘ ਜੀ ਜਿਹਨਾਂ ਨਾਲ ਦੀਪੂ ਜੀ ਕਹਿ ਦਿੰਦੇ ਹਾਂ ਬੜਾ ਪ੍ਰੇਮ ਹੈ ਹਲੇ ਸਾਡੇ ਦੂਜੇ ਪੜਾਅ ਦੇ ਦੀਵਾਨ ਰੋਕੇ ਹੋਏ ਸਨ ਵੀ ਗਰਮੀ ਲੰਘ ਜਾਵੇ 10 ਦਿਨ ਹੋਰ ਕਿਉਂਕਿ ਸੰਗਰੂਰ ਬਰਨਾਲਾ ਤੇ ਮਰੇਕੁਟਲਾ ਲਈ 3 ਪੜਾਵਾਂ ਦੇ ਵਿੱਚ ਦੀਵਾਨ ਪੂਰੇ ਕੀਤੇ ਜਾਣੇ ਵੱਖ ਵੱਖ ਪਿੰਡਾਂ ਦੇ ਵਿੱਚ ਪੈਦਲ ਯਾਤਰਾ ਦੇ ਰੂਪ ਦੇ ਵਿੱਚ ਆਪ ਜੀ ਦਾ ਕੋਈ ਖਰਚਾ ਨਹੀਂ ਜੇਕਰ ਸੰਗਤਾਂ ਆਪਣੇ ਨਗਰ ਦੇ ਵਿੱਚ ਕੋਈ ਦੀਵਾਨ ਸਜਾਉਣਾ ਚਾਹੁੰਦੀਆਂ ਨੇ ਧਰਮ ਪ੍ਰਚਾਰ ਤਾਂ ਸਾਡੇ ਸੇਵਾਦਾਰਾਂ ਦੇ ਨਾਲ ਸੰਪਰਕ ਕਰ ਸਕਦੇ ਹੋ ਕਿਉਂਕਿ ਗੁਰਮੁਖੋ ਜੋੜਨਾ ਧਰਮ ਹੈ ਤੋੜਨਾ ਰੱਬ ਦੀ ਫਿਕਰਤ ਨਹੀਂ ਇੱਕ ਜਿਵੇਂ ਫਕੀਰ ਜਾਵੇ ਭੇਡਾਂ ਚਾਰਨ ਵਾਲਾ ਬੱਕਰੀਆਂ ਚਾਰੀ ਜਾਵੇ ਉਹ ਰੱਬ ਨਾਲ ਗੱਲਾਂ ਕਰੀ ਜਾਵੇ ਕਹਿੰਦਾ ਇਹ ਮੇਰਾ ਮੌਲਾ ਖੁਦਾ ਜੇ ਤੂੰ ਮੇਰਾ ਦੋਸਤ ਹੁੰਦਾ ਆਪਾਂ ਇਕੱਠੇ ਬੱਕਰੀਆਂ ਚਾਰਦੇ ਉਹ ਰੁਕ ਗਿਆ ਫਕੀਰ ਖੜਾ ਖੜ ਗਿਆ ਕਹਿੰਦਾ ਕਿਹਦੇ ਨਾਲ ਗੱਲਾਂ ਕਰਦਾ ਉਹਨੇ ਫੇਰ ਆਵਾਜ਼ ਦਿੱਤੀ ਕਹਿੰਦਾ ਇਹ ਮੌਲਾ ਜੇ ਤੂੰ ਮੇਰਾ ਦੋਸਤ ਹੁੰਦਾ ਆਪਾਂ ਇਕੱਠੇ ਆ ਸੱਪੜ ਦੇ ਵਿੱਚ ਨਹਾਉਂਦੇ ਇਕੱਠੇ
ਉਹ ਹੋਰ ਰੁਕ ਗਿਆ ਚਿਹਰੇ ਤੇ ਲਾਲੀ ਤੌਲੇ ਵਰਕਣ ਲਾ ਲਏ ਕਹਿੰਦਾ ਤੂੰ ਥੱਕ ਜਾਂਦਾ ਜਦ ਤੈਨੂੰ ਭੁੱਖ ਲੱਗਦੀ ਮੈਂ ਆਪਣੀਆਂ ਬੱਕਰੀਆਂ ਦਾ ਦੁੱਧ ਪਿਆਉਂਦਾ ਉਹ ਲਵੇ ਗਿਆ ਗੁੱਸੇ ਨਾਲ ਚਾਰ ਪੰਜ ਉਸਦੇ ਆਜੜੀ ਦੇ ਤਪੇੜਾ ਧਰ ਦਿੱਤੀਆਂ ਉਹ ਕਹਿੰਦਾ ਗੱਲ ਸੁਣ ਤੂੰ ਮੇਰੇ ਖੁਦਾ ਦੀ ਏਡੀ ਬੇਅਦਬੀ ਕਰ ਦਿੱਤੀ ਏਡੀ ਤੂੰ ਮੇਰੇ ਖੁਦਾ ਨੂੰ ਆ ਗੰਦੇ ਪਾਣੀ ਵਿੱਚ ਨਵਾਵੇਂਗਾ ਤੇਰੀਆਂ ਸੜੀਆਂ ਹੋਈਆਂ ਬੱਕਰੀਆਂ ਦਾ ਦੁੱਧ ਪਿਆਵੇਂਗਾ ਐ ਕਹਿ ਚਲਿਆ ਗਿਆ ਉਹ ਆਜੜੀ ਕਹਿੰਦਾ ਜਾ ਮੌਲਾ ਇਹ ਮੇਰੇ ਪਰਮ ਦੀ ਗੱਲ ਮੈਂ ਨੀ ਤੇਰਾ ਦੋਸਤ ਬਣਨਾ ਮੈਂ ਨੀ ਬਣਨਾ ਇਹ ਰਾਹ ਔਖੇ ਨੇ ਇਹ ਕੰਡਿਆਂ ਦੀ ਸੇਹ ਦੇ ਖੰਨੋਂ ਤਿੱਖੀ ਵੱਲੋਂ ਡਿੱਗੀ ਇਹ ਤਾਂ ਮਾਰ ਕੇ ਜਾਣਾ ਹਲੇ ਤਾਂ ਦੋਸਤ ਬਣਾਉਣ ਖਾਤਰ ਮੁੱਖੋਂ ਆਖਿਆ ਹੀ ਸੀ ਪਹਿਲੀ ਚਪੇੜਾਂ ਪੈ ਜਦੋਂ ਮਾਰਗ ਤੇ ਚੱਲ ਪਿਆ ਤੈਨੂੰ ਦੋਸਤ ਬਣਾ ਲਿਆ ਲੋਕਾਂ ਨੇ ਸੂਈ ਤੇ ਚੜ ਦੇਣਾ ਜਿਹੜਾ ਰੱਬ ਦੇ ਪਿਆਰੇ ਹੋਏ ਗੁਰਮੁਖ ਅਸੀਂ ਸੰਤ ਯੁਗ ਕਹਿ ਦਿੰਦੇ ਹਾਂ ਕਦੋਂ ਸੀ ਸੰਤ ਯੁਗ ਕਦੋਂ ਦੱਸ ਸਕਦਾ ਕੋਈ ਵੀ ਸੰਤ ਯੁਗ ਆ ਸਮੇਂ ਸੀ ਬਾਬੇ ਨਾਨਕ ਵੇਲੇ ਕੌਂਡੇ ਰਾਕਸ ਵਰਗੇ ਬੰਦੇ ਨੂੰ ਤਲ ਕੇ ਖਾ ਜਾਇਆ ਕਰਦੇ ਸਨ ਕ੍ਰਿਸ਼ਨ ਵੇਲੇ ਇੱਕ ਦੂਜੇ ਨਾਲ ਕਿਰਪਾਨਾਂ ਨਾਲ ਪੜਦੇ ਫਿਰਦੇ ਦ੍ਰੋਪਦੀ ਦਾ ਹਰਨ ਕਰਿਆ ਗਿਆ ਜਿਸੂ ਮਸੀਹ ਵੇਲੇ ਸੂਲੀ ਤੇ ਟੰਗਿਆ ਗਿਆ ਕਦੋਂ ਸੀ ਗੁਰੂ ਅਰਜਨ ਦੇਵ ਮਹਾਰਾਜ ਤਪੀ ਤਪੀ ਤੇ ਉਤਾਰੇ ਗਏ ਨੌਵੇਂ ਪਾਤਸ਼ਾਹ ਵੇਲੇ ਸੀਸ ਉਤਾਰਿਆ ਗਿਆ ਦਸਵੇਂ ਪਾਤਸ਼ਾਹ ਵੇਲੇ ਤੋਂ ਪਰਿਵਾਰ ਹੀ ਖਤਮ ਕਰ ਦਿੱਤਾ ਗਿਆ ਕਦੋਂ ਸੀ ਬਹੁਤ ਭੈੜੇ ਸਮੇਂ ਗੁਰੂ ਪਾਤਸ਼ਾਹ ਆਏ ਅਵਤਾਰ ਲਿਆ ਆਪਣੇ ਸਰੀਰ ਤੇ ਹਟਾ ਕੇ ਸਿੱਖੀ ਬਖਸ਼ ਕੇ ਗਏ ਸਨ ਤਾਂ ਉਹ ਜਾ ਕੇ ਫਿਰ ਜਾ ਕੇ ਨਵਾਜ਼ ਕਰ ਲੱਗਾ ਕਹਿੰਦਾ ਅੱਜ ਮੇਰਾ ਮਨ ਨਹੀਂ ਲੱਗ ਰਿਹਾ 15 ਦਿਨ ਲੱਗੇ ਕਹਿੰਦਾ ਇਹ ਅੱਲਾ ਹੁਣ ਮੇਰਾ ਮਨ ਕਿਉਂ ਨਹੀਂ ਟਿਕਦਾ ਉਹਨੂੰ ਕਾਸ ਬਾਣੀ ਹੋਈ ਕਹਿੰਦਾ ਕਿਸੇ ਫੁਕਰ ਫਕੀਰ ਨੂੰ ਜੁੜਦੇ ਨੂੰ ਤੋੜ ਆਇਆ ਹਲੇ ਰੱਬ ਦੀ ਬੰਦਗੀ ਪਾਤਾ ਕਿਉਂਕਿ ਲੋਕਾਂ ਨੇ ਗੁਰਮੁਖੋ ਇਹ ਲੋਕਾਂ ਨੇ ਰਾਮ ਨੂੰ ਕੀ ਲਾਉਣਾ ਜਾਣਿਆ ਲੋਕਾਂ ਨੇ ਰਾਮ
ਭੈ ਰਹਿੰਦੀ ਹੋ ਗਏ ਅਸੀਂ ਫਿਰ ਪਾਪ ਤੇ ਪੁੱਟ ਕੀ ਰਹਿ ਜਾਂਦੇ ਨੇ ਫਿਰ ਤਾਂ ਪਸਕਾ ਤੇ ਤੁਸੀਂ ਚੱਲੋ ਹਰ ਥਾਂ ਤੇ ਸਤਿਗੁਰ ਦਾ ਓਟ ਆਸਰਾ ਰੱਖੀਏ ਅਸੀਂ ਸਤਿਗੁਰਾਂ ਦੀ ਸਰਤ ਦੇ ਨਾਲ ਕਿਉਂਕਿ ਜਿਹੜਾ ਪਸ਼ੂ ਵੀ ਗੁਰਮੁਖੋ ਕੀਲੇ ਤੋਂ ਬਿਨਾਂ ਹੋ ਜਾਂਦਾ ਰਿਹਾ ਹੋ ਜਾਂਦਾ ਹੈ ਜਿਹੜਾ ਕੀਲੇ ਵਾਲਾ ਉਹ ਕਿਸੇ ਮਾਲਕ ਦਾ ਹੋਇਆ ਕਰਦਾ ਹੈ ਕਿਸੇ ਮਾਲਕ ਦਾ ਆਓ ਭੁੱਲਾ ਚੁੱਕਾ ਦੇ ਮਾਪੀ ਭਾਈ ਸਾਹਿਬ ਭਾਈ ਹੰਡ ਗ੍ਰੰਥੀ ਜੀ ਗੁਰੂ ਦੇਵ ਜੀ ਸੰਦੀਪ ਸਿੰਘ ਜੀ ਦੀਪੂ ਸਰ ਦੀਪੂ ਜੀ ਦਰਸ਼ਨ ਸਿੰਘ ਜੀ ਖਜਾਨਜੀ ਸਾਹਿਬ ਹਰਵੰਤ ਸਿੰਘ ਜੀ ਦਰਸ਼ਨ ਸਿੰਘ ਜੀ ਕਰਨੈਲ ਸਿੰਘ ਜੀ ਮੈਂਬਰ ਸਾਹਿਬ ਹਰ ਸਿੰਘ ਜੀ ਮਨਜੀਤ ਸਿੰਘ ਜੀ ਹਰਪ੍ਰੀਤ ਸਿੰਘ ਜੀ ਸੁਪਿੰਦਰ ਸਿੰਘ ਜੀ ਗੁਰਮੁਖੋ ਇਹਨਾਂ ਦੇ ਉਪਰਾਲੇ ਦੇ ਸਦਕਾ ਇਹਨਾਂ ਦੇ ਸਦਕਾ ਆਪ ਜੀ ਦੇ ਦਰਸ਼ਨ ਹੋਏ ਕਿਉਂਕਿ ਪ੍ਰੇਮ ਦੇ ਵਿੱਚ ਭਿੱਜੀ ਰੂਹ ਤੁਹਾਡੇ ਪ੍ਰੇਮ ਇਹਨਾਂ ਦਿਖਾਇਆ ਸਾਨੂੰ ਸਨਮਾਨ ਬਖਸ਼ਿਆ ਅਸੀਂ ਇਹਨਾਂ ਦੇ ਕਾਬਲ ਨਹੀਂ ਗੁਰਮੁਖੋ ਕਿਉਂਕਿ ਫੁੱਲਾਂ ਦੀ ਬਖਸ਼ਿਆ ਤਾਂ ਮੇਰੇ ਪ੍ਰੀਤਮ ਦੀ ਹੋਣੀ ਚਾਹੀਦੀ ਹੈ ਸਾਡੇ ਨਿਭਾਗਿਆਂ ਦੀ ਨਹੀਂ ਅਸੀਂ ਆਪ ਜੀ ਦੇ ਦਾਸ ਹਾਂ ਨੌਕਰ ਹਾਂ ਆਪ ਕਦੇ ਕੀ ਘਾਹ ਸਪੈਰਾ ਕਦੇ ਲੱਤ ਦੇ ਘਾਹ ਦੇ ਬਰਾਬਰ ਜਿੱਥੋਂ ਤੱਕ ਵੀ ਦਾਸ ਦੀ ਸੇਵਾ ਕਿਸੇ ਗਰੀਬ ਲਈ ਹੋ ਚੁੱਕੇ ਆਪ ਜੀ ਦਾਸ ਨੂੰ ਹੁਕਮ ਕਰਿਓ ਹੋਵੇ ਲੋੜਵੰਦ ਇਹਨਾਂ ਹੋਵੇ ਚਾਰ ਭਾਈਆਂ ਦੀ ਭੈਣ ਇਕੱਲੀ ਹੋਵੇ ਵਿਆਹ ਕਰਨ ਦੀ ਗੁਰਮੁਖੋ ਅਸੀਂ ਪਰਚੀਆਂ ਨਹੀਂ ਕੱਢਦੇ ਆਪਣੇ ਵਜ਼ਨ ਆਉਂਦੀ ਕਮਾਈ ਦੇ ਵਿੱਚੋਂ ਜਾਇਦਾਦ ਦੇ ਵਿੱਚੋਂ ਇਹ ਕਾਰਜ ਕਰਦੇ ਸਾਡੇ ਸੰਦੀਪ ਜੀ ਨਾਲ ਇਹ ਸਾਡੇ ਜਥੇ ਦੇ ਵਿੱਚ ਵੀ ਸੇਵਾ ਨਿਭਾਉਂਦੇ ਰਹਿੰਦੇ ਹਨ ਸਾਡੇ ਵੱਲੋਂ ਅਸੀਂ ਜਿੱਥੇ ਭਾਈ ਗੁਰੂ ਘਰ ਦੇ ਵਿੱਚ ਜਾਂਦੇ ਹਾਂ ਦੇਣ ਜੋ ਕਿ ਸਭ ਰਹਿਮਤ ਦੀਆਂ ਕਿਰਪਾ ਨੇ ਗੁਰੂ ਘਰ ਦੇ ਲਈ 1100 ਰੁਪਈਆ ਭਾਈ ਸਾਡੇ ਸੰਦੀਪ ਜੀ ਗੁਰੂ ਕੇ ਵਜ਼ੀਰ ਲਈ 2100 ਰੁਪਈਆ ਪ੍ਰੇਮ ਵਾਲੇ ਨੇ ਅਸੀਂ ਜਿੱਥੇ ਵੀ ਜਾਂਦੇ ਹਾਂ ਸਾਡਾ ਜਥਾ ਪ੍ਰੇਮ ਵਾਲਾ ਕਿਉਂਕਿ ਗੁਰਬਾਣੀ ਅਸੀਂ ਬੋਲ ਨਹੀਂ ਗਾਈ ਕਰਦੇ ਸਤਿਗੁਰ ਕਿਰਪਾ ਕਰੇ ਨਾ ਗਾਉਣ ਦਾ ਯਤਨ ਕਰਾਂਗੇ ਕਰਦੇ ਇਹ ਵੀ ਨਹੀਂ ਗੁਰਮੁਖ ਕੇ ਪੈਦਲ ਚੱਲ ਕੇ ਅਸੀਂ ਵੱਡੇ ਹੋ ਗਏ ਨਹੀਂ ਸਾਡੇ ਮਨ ਦੀ ਇੱਛਾ ਸੀ ਕਿ ਅਸੀਂ ਅੰਨੇ ਸੀ ਜੇ ਸਤਿਗੁਰ ਸਾਨੂੰ ਅੰਨੇ ਰੱਖਦਾ ਸੀ ਆਪਣੇ ਬੱਚਿਆਂ ਦੇ ਮੁੱਖ ਤੱਕ ਭੁੱਲ ਗਏ ਸੀ ਕਿ ਕੈਸੇ ਚਿਹਰੇ ਨੇ ਸਤਿਗੁਰ ਦੀ ਕਿਰਪਾ ਕਰੀ ਅਸੀਂ ਆਪ ਦਾ ਸਾਡਾ ਪਰਨਾ ਹੈ ਕਿ ਸਾਨੂੰ ਧਰ ਦੇ ਚਰਨਾਂ ਦੇ ਵਿੱਚ ਸੰਗਤ ਦੇ ਚਰਨਾਂ ਦੇ ਵਿੱਚ ਨੰਗੇ ਪੈਰੀ ਜਾਇਆ ਕਰੀਏ ਦੇਸੀ ਦਵਾਈਆਂ ਜੇ ਬੇਸਕੀਮਤੀ ਹਨ ਹਰੀ ਸੇਵਾ ਕੀਤੀ ਜਾਂਦੀ ਹੈ ਐਤਵਾਰ ਵਾਲੇ ਨੂੰ ਇੱਕ ਤੁਹਾਡੇ ਚਰਨਾਂ ਵਿੱਚ ਬੇਨਤੀ ਹੋਰ ਕਰਦੇ ਹਾਂ ਜਿਹੜਾ ਵੀ ਭਾਈ ਸਾਹਿਬ ਪੰਜਾਬ ਦਾ ਕੈਪਸੂਲ ਖਾਂਦਾ ਹੈ ਉਹ ਖਾਣਾ ਬੰਦ ਕਰ ਦੇਵੇ ਜਿੰਨੇ ਮਰੀਜ਼ ਸਾਡੇ ਵੱਲ ਕੈਂਸਰ ਦੇ ਆਉਂਦੇ ਨੇ ਲੀਵਰ ਦਾ ਘੱਟੋ ਘੱਟ 7 ਸਾਲ ਉਹ ਕੈਂਸਰ ਤੇਜ਼ਾਬ ਵਾਲਾ ਕੈਪਸੂਲ ਖਾਂਦਾ ਤੁਸੀਂ ਆਪ ਪ੍ਰੈਕਟੀਕਲ ਵੇਖ ਲਿਓ ਤੁਹਾਡੇ ਘਰਾਂ ਦੇ ਵਿੱਚ ਵੀ ਕੋਈ ਐਸਾ ਪਰਿਵਾਰ ਹੋਵੇਗਾ ਜਿਹਨੂੰ ਲੀਵਰ ਟਿਊਮਰ ਹੋਇਆ ਹੋਵੇ ਜਾਂ ਗੁਰਦਿਆਂ ਦਾ ਤਾਂ ਤੇਜ਼ਾਬ ਵਾਲਾ ਕੈਪਸੂਲ ਸਾਡੇ ਸਰੀਰ ਦੇ ਵਿੱਚ ਐਸਾ ਸਿਸਟਮ ਹੈ ਖੁਸ਼ੀ ਵਾਲਾ ਖੋਲ ਲਈ ਉਹ ਖੁਸ਼ੀ ਜਦ ਪਵੇਗੀ ਚਿਹਰੇ ਤੇ ਝਾਕ ਆਵੇਗੀ ਰਾਗ ਵਾਲਾ ਜੋੜ ਲਈ ਚਿਹਰੇ ਦੇ ਅੱਖਾਂ ਦੇ ਵਿੱਚੋਂ ਹੰਝੂ ਕਰਨਾ ਸ਼ੁਰੂ ਹੋ ਜਾਵੇਗਾ ਜੈਸੀ ਸੋਚਣੀ ਸ਼ੁਰੂ ਕਰ ਦੇਵਾਂਗੇ ਸਰੀਰ ਨੇ ਉਸੇ ਹੀ ਫੈਕਚਰ ਫੜ ਲੈਣਾ ਜਦੋਂ ਅਸੀਂ ਗੁਰਮੁਖੋ ਖਾਂਦੇ ਹਾਂ ਪਦਾਰਥ ਸਾਡੀ ਅੱਖਾਂ ਤੋਂ ਸਾਹਮਣੇ ਪਰੇ ਬਣਿਆ ਹੋਵੇ ਅਸੀਂ ਖਾ ਲਿਆ ਸਾਡੇ ਸਰੀਰ ਨੇ ਸਾਡੇ ਸਰੀਰ ਚ ਵਾਇਰਸ ਹੈ
ਉਹਨੇ ਕੱਢ ਕੇ ਇੱਥੇ ਰੱਖ ਦਿੱਤਾ ਵੀ ਭਾਈ ਇਹ ਆ ਜ਼ਹਿਰੀਲਾ ਪਦਾਰਥ ਖਾ ਲਿਆ ਜਿਹਨੂੰ ਵੱਧ ਹਜ਼ਮੀ ਜਿਹਨੂੰ ਅਸੀਂ ਤੇਜ਼ਾਬ ਦਾ ਨਾਮ ਦੇ ਦਿੱਤਾ। ਉਹਨੇ ਸਾਣ ਕੇ ਰੱਖ ਦਿੱਤਾ ਸੀ ਘਰ ਦੇ ਸਰੀਰ ਦੇ ਵਿੱਚੋਂ ਕਿ ਆਹ ਮੈਂ ਗਲਤ ਪਦਾਰਥ ਖਾਧਾ। ਅਸੀਂ ਤੇਜ਼ਾਬ ਦਾ ਕਹਿਰ ਸੁਣ ਖਾ ਖਾ ਕੇ ਉਹ ਪੁਰਜਾ ਖਤਮ ਕਰ ਦਿੱਤਾ, ਉਹ ਵਹਿਸ਼ ਖਤਮ ਕਰ ਦਿੱਤਾ। ਅਸੀਂ ਜ਼ਹਿਰੀਲੇ ਪਦਾਰਥ ਖਾਧੇ, ਅਸੀਂ ਜੂਰੀਏ ਵਾਲੀਆਂ ਕਣਕਾਂ ਖਾਧੀਆਂ, ਅਸੀਂ ਸਪਰੇਆਂ ਵਾਲੀਆਂ ਕਣਕਾਂ ਖਾਧੀਆਂ। ਉਹਨੇ ਸਿੱਧੀਆਂ ਹਾਜ਼ਮ ਕਰੀਆਂ, ਲੀਵਰ ਦੇ ਟੈਕ ਸਿੱਧਾ ਹੋਇਆ, ਕਿਉਂਕਿ ਉਹ ਵਹਿਸ਼ ਸਾਡੇ ਸਰੀਰ ਵਿੱਚ ਨਹੀਂ ਰਿਹਾ, ਉਹ ਲੀਵਰ ਦਾ ਕੈਂਸਰ ਬਣ ਗਿਆ। ਜਦੋਂ ਤੇਜ਼ਾਬ ਬਣੇ ਤਾਂ ਆਪਣੀ ਖੁਰਾਕ ਬਦਲ ਦਵੋ, ਜਾਂ ਤਾਂ ਤੁਸੀਂ ਕਣਕ ਦੇ ਪੰਜ ਛੱਤ ਰੇ ਪਏ ਹੋਣੇ ਲਾਜ਼ਮੀ, ਜਾਂ ਸਪਰੇਆਂ ਵੱਧ ਹੋਈਆਂ ਨੇ ਕਣਕ ਬਦਲ ਦਿਓ। ਧੋ ਕੇ ਕਣਕ ਨੂੰ ਪੀਣਾ ਕਰਿਆ ਕਰੋ ਭੈਣਾ, ਕਿਉਂਕਿ ਸੱਚ ਹੈ। ਦੇਖੋ ਜਿਹੜੇ ਘਰ ਤੇਜ਼ਾਬ ਬਣਦਾ ਹੋਵੇਗਾ, ਕਣਕ ਨੂੰ ਧੋ ਕੇ ਪੀਣਾ ਕਰਨਾ ਸ਼ੁਰੂ ਕਰ ਦਿਓ, ਤੇਜ਼ਾਬ ਬਣਨਾ ਬੰਦ ਹੋ ਜਾਵੇਗਾ। ਨਿੰਮ ਦੀ ਵਰਤੋਂ ਕਰੋ, ਅੱਗ ਦੀ ਵਰਤੋਂ ਕਰੋ, ਕਿਉਂਕਿ ਧਰਤੀ ਦੇ ਉੱਤੇ ਦੋ ਪੌਦੇ ਨੇ ਜਿਹਨੂੰ ਅੱਜ ਤੱਕ ਬਿਮਾਰੀ ਨਹੀਂ ਲੱਗੀ, ਨਿੰਮ ਔਰ ਅੱਗ। ਜਦੋਂ ਬੰਦਾ ਇਹ ਵਰਤੇਗਾ ਤਾਂ ਉਹ ਸਰੀਰ ਨੂੰ ਕਦੇ ਬਿਮਾਰੀ ਨਹੀਂ ਲੱਗੇਗੀ। ਅਸੀਂ ਜ਼ਿਆਦਾਤਰ ਇੱਕ ਭੇਡ ਚਾਲ ਚੱਲ ਪੈਂਦੀ ਹੈ, ਕਿੱਕਰ ਦੀ ਦਾਤਨ ਕਰਦੇ ਤੁਰੇ ਜਾਂਦੇ ਹਾਂ। ਗੁਰਮੁਖੋ, ਕਿੱਕਰ ਦੀ ਦਾਤਨ ਕਰਨ ਵਾਲੇ ਨੂੰ ਗਲੇ ਦਾ ਕੈਂਸਰ ਹੁੰਦਾ ਹੈ, ਕਿੱਕਰ ਨੂੰ ਬਿਮਾਰੀ ਲੱਗ ਜੇ। ਕਿੱਕਰ ਦੇ ਸੁੰਡੀ ਦੇਖਿਆ ਕਰੋ ਕੈਸੇ ਬਾਲ ਹੁੰਦੇ ਨੇ, ਕਿੱਕਰ ਦੇ ਲੰਗੜਾ ਵਹਿੰਦਾ ਹੈ ਉਹਦੇ ਬਾਲ ਦੇਖੋ ਕੈਸੇ ਹੁੰਦੇ ਨੇ, ਕਿੱਕਰ ਦੇ ਕਾਟੋ ਵਹਿੰਦੀ ਹੈ ਕਿੱਕਰ ਦੇ ਕਾਟੋ ਦੇ ਬਾਲ ਦੇਖੋ ਕੈਸੇ ਹੁੰਦੇ ਨੇ। ਇੱਕੋ ਜਿਹੇ ਪੰਛੀ ਜਿੱਥੇ ਇਹ ਮਲ ਮੂਤਰ ਕਰ ਦਿੰਦੇ ਨੇ ਉੱਥੋਂ ਖਾਜ ਨਹੀਂ ਹਟਦੀ, ਕੋਲ ਚੱਲ ਪੈਂਦਾ ਹੈ। ਇਹ ਸੁੰਡੀ ਕਿੱਕਰ ਦੇ ਵਿੱਚੋਂ ਪੈਦਾ ਹੁੰਦੀ ਹੈ। ਅਸੀਂ ਵਰਤੋਂ ਕਰ ਦਿੱਤੀ, ਕਿਸੇ ਨੇ ਪਤਾ ਨਹੀਂ ਕਿਹੜੇ ਨੇ ਸ਼ੁਰੂਆਤ ਕਰ ਦਿੱਤੀ, ਅਸੀਂ ਉਵੇਂ ਹੀ ਚੱਲ ਪਏ। ਨਹੀਂ, ਨਿੰਮ ਦੀ ਦਾਤਨ ਕਰੋ, ਕਿੱਕਰ ਦੀ ਦਾਤਨ ਬੰਦ ਕਰ ਦਵੋ। ਚਲੋ ਵੈਸੇ ਉਹ ਤਾਂ ਕਿੱਕਰਾਂ ਖਤਮ ਹੀ ਕਰ ਦਿੱਤੀਆਂ, ਅਸੀਂ ਰੁੱਖ ਲਾਇਆ ਕਰੋ, ਬਰੋਟੇ ਪਿੱਪਲ ਟਾਲੀਆਂ ਨਿੰਮ। ਵੱਡੀ ਉਮਰ ਵਾਲੇ ਦਰਖਤ ਵੱਡੀ ਉਮਰ ਦੀ ਤੁਹਾਨੂੰ ਆਕਸੀਜਨ ਦੇਣਗੇ। ਅਸੀਂ ਬਰਮਾ ਠੇਕਾ ਲਿਆ ਏ, ਹਜ਼ਾਰ ਡੇਕ ਇੱਕ ਬੋਰ ਦਾ ਕੰਮ ਕਰ ਦਈਏ। ਇੱਕ ਬੋਰ ਹੋਵੇ ਜਿਹੜੇ ਪਿੰਡ ਦੇ ਵਿੱਚ 40 ਘਰੋਟੇ ਹੋਣ, ਪਿੱਪਲ ਹੋਣ, ਟਾਲੀਆਂ ਨਿੰਮ ਹੋਣ। 100 ਸਾਲ ਤੋਂ ਉਮਰ ਵੱਧ ਹੁੰਦੀ ਹੈ ਲੋਕਾਂ ਦੀ, ਜਿਹਦੇ ਅਸੀਂ ਖਤਮ ਕਰ ਦਿੱਤੇ। 70 ਸਾਲ ਤੋਂ ਥੱਲੇ ਚਲੇ ਗਏ, ਗੁਰਮੁਖੋ 70 ਸਾਲ ਕਾਹਦਾ ਰਹਿ ਗਿਆ, 35 ਰਹਿ ਗਿਆ। 35 ਅਸੀਂ ਸੌਕੇ ਕੱਢ ਦਿੱਤੇ, 35 ਜਾਗਦਿਆਂ ਨੇ ਕੱਢ ਦਿੱਤੇ। ਆਓ ਰੋ ਭੁੱਲਾ ਚੁੱਕਾ ਦੇ ਬਾਪੀ ਭਾਈ, ਪਵਨ ਗੁਰੂ ਪਾਣੀ ਸਿਧਾ ਮਾਤਾ ਭਰਤ ਮਹਾਰਾਜ ਅਰਜਨ ਹਰ ਗੋਬਿੰਦ ਨਾਮ ਸਿਮਰੋ ਸ੍ਰੀ ਨਾਰਾਇਣ।
ਸ੍ਰੀ ਹਰਿ ਕ੍ਰਿਸ਼ਨ ਧਿਆਈਆਂ ਜਿਸ ਇੱਥੇ ਸਭ ਜਾਏ ਦੇਖ ਬਹਾਦਰ ਸਿਮਰਿਆ ਕਰਨਾਉਣ ਦਿਆਲਾ ਧਾਈ ਸੰਤਾਈ ਵਿਸਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਵਿਸਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦਾ ਜੀ ਕਾ ਧਿਆਨ ਰੱਖੇ ਬੋਲੋ ਜੀ ਪੰਜਾਂ ਪਿਆਰਿਆਂ ਚੋਂ ਸਜਾਦੀਆਂ ਜਾਲੀਆਂ ਮੁਕਤੀਆਂ ਅੱਡੀਆਂ ਜੱਪੀਆਂ ਤੱਪੀਆਂ ਨਾਮ ਜੱਪਿਆ ਕਿਸ ਗਿਆ ਕੁਰਬਾਨੀਆਂ ਸੱਚੇ ਪਾਤਸ਼ਾਹ ਜੀ ਜੋ ਵੀ ਸੰਗਤਾਂ ਹਾਜ਼ਰੀਆਂ ਭਰ ਰਹੇ ਹਨ
ਸਭਨਾ ਦੀਆਂ ਹਾਜ਼ਰੀਆਂ ਪ੍ਰਵਾਨ ਕਰਨੀਆਂ ਤੇ ਪਾਤਸ਼ਾਹ ਦੇ ਤਰਫ ਭਟਾਵਾ ਮਨਜ਼ੂਰ ਕਰਨੀਆਂ ਜਿਨ੍ਹਾਂ ਖਜ਼ਾਨਾ ਵਿੱਚੋਂ ਆਇਆ ਜੀ ਸੋ ਖਜ਼ਾਨੇ ਭਰਪੂਰ ਕਰਨੇ ਤੇ ਪਾਤਸ਼ਾਹ ਜੀ ਆਪ ਜੀ ਨੇ ਭੁਲਾਰੇ ਖੁੱਲ੍ਹੇ ਬਖਸ਼ਿਸ਼ ਕਰਨੇ ਸੱਚੇ ਪਾਤਸ਼ਾਹ ਕਿਰਪਾ ਕਰੋ ਇਸ ਵੇਲੇ ਆਈ ਹੋਈ ਸੰਗਤ ਨੂੰ ਪਾਵਨ ਹੁਕਮਨਾਮਾ ਬਖਸ਼ੋ ਆਪ ਜੀ ਨੇ ਕਿਰਪਾ ਕਰਨੀ ਸਮੂਹ ਸੰਗਤਾਂ ਦੀਆਂ ਮਨ ਦੀਆਂ ਸਭ ਭਾਵਨਾਵਾਂ ਪੂਰੀਆਂ ਕਰਨੀਆਂ ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਣਾ ਕਾਰੋਬਾਰਾਂ ਦੇ ਤਰੱਕੀਆਂ ਬਖਸ਼ਿਸ਼ ਕਰਨੀਆਂ ਚੜ੍ਹਦੀ ਕਲਾ ਕਰਨੀਆਂ ਕਿਰਪਾ ਕਰੋ ਹੁਕਮਨਾਮੇ ਬਖਸ਼ੋ ਹੁਕਮਨਾਮੇ ਦੇ ਚਰਨ ਦੀ ਸਮਰੱਥਾ ਬਖਸ਼ੋ ਸਹੀ ਪਿਆਰੇ ਮਿਲਿਓ ਜਿੰਨਾ ਮਿਲਿਆ ਤੇਰਾ ਨਾਮ ਦਿੱਤਾ ਵੇ ਨਾਨਕ ਨਾਮ ਚੜ੍ਹਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਲਾ ਆ ਗਿਆ ਭਈ ਅਕਾਲ ਕੀ ਤਰ ਚਲਾਇਓ ਸਭ ਸਿੱਖਣ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮੰਨਿਓ ਜੋ ਪ੍ਰਭੂ ਗੱਲ ਪੁੱਛਵੇ ਰਿਵਾਜ ਕਰੇਗਾ ਖਾਲਸਾ ਕਿਰਪਾਲਤ ਨਾਨਕ ਕਹਿ ਸੁਖ ਇਹੀ